जस टीवी देख रहे हो तुसीं, मैं केपी सिंह तुहाडा स्वागत करना। पंजाब की सियासत दे विच एक गाना भी शुरू हो गया, तू नहीं बोलदी रका ने, तू नहीं बोलदी तेरे तरह यार बोलता। ये गाना पेश किया शमशेर सिंह दुल्लोहरा ने। यह गाना क्यों पेश किया शमशेर सिंह दुल्लोहरा ने? क्योंकि लाल सिंह हरा ने सवाल चुके थे, तो नाल ये भी कह दिता कि उन्होंने लगता कि उन्होंने पिछे कोई होर बोलता, यार बोलता, पता नहीं कि यार है। इस करके सू सवाल पूछना पै रहा, दुल्लो लाल के कलेश का कैप्टन कौन है? ਤੂੰ ਨਹੀਂ ਰਕਾਨੇ ਬੋਲਦੀ ਤੇਰੇ ਪਿੱਛੇ ਤੇਰਾ ਯਾਰ ਬੋਲਦਾ। ਅੱਜ ਬਹਿਸ ਕਿਉਂ ਕਰ ਰਹੇ ਹਾਂ ਇਹ ਤੁਹਾਨੂੰ ਦੱਸ ਦਈਏ। ਦੁੱਲੋ ਲਾਲ ਤੇ ਸਵਾਲ, ਦੁੱਲੋ ਪਰਿਵਾਰ ਦੇ ਸਿਆਸੀ ਦੋਫਾੜ ਹੋਣ ਤੇ ਤਪੀ ਪੰਜਾਬ ਦੀ ਸਿਆਸਤ। ਲਾਲ ਸਿੰਘ ਨੇ ਸ਼ਮਸ਼ੇਰ ਸਿੰਘ ਦੁੱਲੋ ਤੋਂ ਮੰਗਿਆ ਅਸਤੀਫਾ ਤਾਂ ਦੁੱਲੋ ਵੀ ਪੜ ਕੇ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੁੱਲੋ ਨੇ ਸਵਾਈ ਲੀਡਰਸ਼ਿਪ ਤੇ ਸਵਾਲ ਚੁੱਕ ਦਿੱਤੇ ਆ। ਦੁੱਲੋ ਦੀ ਪਤਨੀ ਅਤੇ ਪੁੱਤਰ ਦੇ ਆਪ ਜਾਣ ਤੇ ਇਹ ਪੂਰਾ ਵਿਵਾਦ ਭਖਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਨੇ ਦੁੱਲੋ ਪੰਜਾਬ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਦੁੱਲੋ ਦਾ 22ਵਾਂ ਨੰਬਰ ਆ। ਸਵੇਰੇ ਅਸਤੀਫਾ ਮੰਗਿਆ ਜਾ ਰਿਹਾ ਸੀਗਾ, ਸ਼ਾਮ ਨੂੰ ਸੂਚੀ ਆਉਂਦੀ ਹੈ, 22ਵੇਂ ਨੰਬਰ 'ਤੇ ਉਹਨਾਂ ਨੂੰ ਪਾ ਦਿੱਤਾ ਜਾਂਦਾ। ਹੁਣ ਇਹ ਕਿਹਾ ਜਾ ਰਿਹਾ ਕਿ ਰਿਵਿਊ ਵੀ ਹੋ ਸਕਦੀ ਹੈ ਸੂਚੀ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸੂਬਾਈ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਨੇ ਮੌਜੂਦਾ। ਅਤੇ ਸ਼ਮਸ਼ੇਰ ਸਿੰਘ ਦੁੱਲੋ ਹਰੀ ਕਹਿੰਦੇ ਕੀ ਆ, ਪਹਿਲਾਂ ਸੁਣ ਲਈਏ। ਮੈਂ ਦੇਖੋ, ਮੈਂ ਜਿਹੜੀ ਮੈਂ ਗੱਲ ਕਰੀ ਹੈ, ਤੂੰ ਨਹੀਂ ਰਕਾਨੇ ਬੋਲਦੀ ਤੇਰੇ ਪਿੱਛੇ ਤੇਰਾ ਯਾਰ ਬੋਲਦਾ, ਉਹਨੂੰ ਆਪਣੇ ਆਕਾ ਨੂੰ ਖੁਸ਼ ਕਰਨ ਲਈ ਅੱਗੇ ਚੇਅਰਮੈਨ ਹੀ ਮਿਲ ਗਈ। ਹੋ ਸਕਦਾ ਕੋਈ ਆਪਣੇ ਬੇਟੇ ਨੂੰ ਮੰਗਦਾ ਹੋਵੇ ਖੁਸ਼ ਹੋ ਕੇ ਸ਼ਾਇਦ, ਕਿਉਂਕਿ ਜਿਹੜੇ ਪੁਰਾਣੇ ਨਾ, ਮੈਂ ਤਾਂ ਉਹ ਸ਼ਬਦ ਨਹੀਂ ਬੋਲੂੰਗਾ। ਮੇਰੇ ਕਲਚਰ ਦੇ ਵਿੱਚ ਰਾਜਾ ਮਹਾਰਾਜਾ, ਕਿਉਂਕਿ ਰਾਜੇ ਮਹਾਰਾਜੇ ਤਾਂ ਅੰਗਰੇਜ਼ਾਂ ਦਾ ਸਾਥ ਦਿੰਦੇ ਰਹੇ ਨੇ, ਅੱਜ ਵੀ ਲੋਕ ਰਾਜਾ ਮਹਾਰਾਜਾ ਕਹਿਣ ਤੋਂ ਨਹੀਂ ਹਟਦੇ। ਮੈਨੂੰ ਤਾਂ ਅਫਸੋਸ ਦੀ ਗੱਲ ਹੈ, ਇੰਨੀ ਚਮਚਾਗਿਰੀ, ਇੰਨਾ ਮਰਾਸੀ ਬਣਾ ਕਰਦੇ ਨੇ। ਹਾਲਾਂਕਿ ਕਾਂਗਰਸ ਦਾ ਸਰਕਲ ਹੈ ਦਿੱਲੀ ਤੋਂ, ਵੀ ਇਹ ਸ਼ਬਦ ਨਹੀਂ ਯੂਜ਼ ਕਰਨਾ ਚਾਹੀਦਾ, ਇੰਨਾ ਮਰਾਸੀ ਬਣਾ। ਮੈਨੂੰ ਜੇ ਹਾਈਕਮਾਂਡ ਨੇ ਬਣਾਇਆ, ਪਰ ਮੈਂ ਚੰਗੇ ਮਾਫੀਏ ਲਈ ਸਪੋਰਟ ਨਹੀਂ ਕਰਾਂਗਾ, ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਕੇ ਪੈਸੇ ਕਮਾ ਕੇ ਟਿਕਟਾਂ ਲਈਆਂ, ਉਹਨਾਂ ਦੀ ਸਪੋਰਟ ਨਹੀਂ ਕਰੂੰਗਾ। ਵਰਕਰ ਨੂੰ ਹੁੰਦਾ, ਮੈਂ ਆਪਣੇ ਬੇਟੇ ਦੇ ਖਿਲਾਫ਼ ਵੀ ਜਾ ਕੇ ਪ੍ਰਚਾਰ ਕਰਦਾ, ਜੇ ਕਿਸੇ ਵਰਕਰ ਨੂੰ ਕਾਂਗਰਸ ਦਾ ਟਿਕਟ ਦਿੱਤਾ ਹੋਇਆ। ਮੇਰਾ ਵੀ ਲਾਈਵ ਟੈਸਟ ਹੋਣਾ ਚਾਹੀਦਾ, ਰਾਹੁਲ ਗਾਂਧੀ ਕਰਾਵੇ ਅਤੇ ਲਾਲ ਸਿੰਘ ਦਾ ਕਰਾਵੇ, ਕਿਹੜਾ ਅਕਾਲੀਆਂ ਨਾਲ ਰਲ ਰਿਹਾ, ਆਪਣੇ ਮੁੰਡੇ ਨੂੰ ਕਿਵੇਂ ਜਿਤਾਇਆ ਉੱਥੋਂ, ਇਹਦੀ ਇਨਕੁਆਇਰੀ ਕਰ ਲਵੇ, ਮੈਨੂੰ ਮੇਰੇ ਨਾਲ ਕਰ ਲਵੇ। ਜੇ ਮੈਂ ਆਪਣੀ ਲਾਈਫ ਦੇ ਵਿੱਚ ਕਿਸੇ ਨਾਲ ਅਕਾਲੀਆਂ ਨਾਲ ਸਾਂਝ ਪਾਈ ਹੋਵੇ, ਮੈਂ ਤਿਆਰ ਹੈ, ਮੈਂ ਅਸਤੀਫਾ ਵੀ ਦੇ ਦੂੰ। ਸਵਾਲ ਕੋਈ ਪੁੱਛਾਂਗੇ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਸ਼ਮਸ਼ੇਰ ਸਿੰਘ ਦੁੱਲੋ ਨੇ ਲਾਲ ਸਿੰਘ ਦੇ ਬਹਾਨੇ ਕਿਹੜੇ ਯਾਰ ਤੇ ਕੀਤੇ ਸਿਆਸੀ ਵਾਰ? ਇਸੇ ਸਵਾਲ ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਤਰਲੋਚਨ ਸਿੰਘ ਸੀਨੀਅਰ ਪੱਤਰਕਾਰ ਨੇ, ਇਹ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਦੇਖਦੇ ਸਮਝਦੇ ਹੈਗੇ ਆ, ਅਤੇ ਇਸ ਕਰਕੇ ਇਹਨਾਂ ਨੂੰ ਇੱਥੇ ਸੱਦਿਆ ਹੈਗਾ। ਸ਼ਮਸ਼ੇਰ ਸਿੰਘ ਦੁੱਲੋ ਦੇ ਪਰਿਵਾਰ ਦੀ ਸਿਆਸਤ ਕੀ ਹੈਗੀ ਹੈ ਉਹ ਵੀ ਤਰਲੋਚਨ ਸਿੰਘ ਹਰਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ। ਤਰਲੋਚਨ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬੁਲਾਰੇ, ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੁਲਜਿੰਦਰ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਉਹਨਾਂ ਨੇ ਆਉਣਾ ਸੀਗਾ ਪਰ ਐਨ ਮੌਕੇ 'ਤੇ ਉਹਨਾਂ ਨੇ ਆਉਣ ਤੋਂ ਮਨਾ ਕਰ ਦਿੱਤਾ, ਪਤਾ ਨਹੀਂ ਕਿਉਂ, ਇਹ ਉਹੀ ਜਾਣਦੇ ਹੈਗੇ। ਪਰ ਕੁਲਜਿੰਦਰ ਸਿੰਘ ਢੀਂਡਸਾ ਨਹੀਂ ਆਉਣਗੇ, ਜੇ ਆਉਂਦੇ ਤਾਂ ਸਵਾਗਤ ਵੀ ਕਰਨ ਦੇ, ਪਤਾ ਨਹੀਂ ਕਿਉਂ ਭੱਜ ਗਏ। ਅਮਰਜੀਤ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਬੁਲਾਰੇ ਧਾਰਨੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਕਿੰਗਰਾ ਸਾਹਿਬ ਤੁਹਾਨੂੰ ਹੀ ਬਣਦਾ। ਕਿੰਗਰਾ ਸਾਹਿਬ, ਦੁੱਲੋ ਲਾਲ ਅਤੇ ਕਲੇਸ਼ ਦਾ ਕੈਪਟਨ ਹੈ ਕੌਣ? ਇਹ ਸਕ੍ਰਿਪਟ ਕਿਹਨੇ ਲਿਖੀ ਆ? ਦੇਖੋ, ਇਹ ਤਾਂ ਕੇ ਪੀ, ਇਹ ਤਾਂ ਦੁੱਲੋ ਸਾਹਿਬ ਵੀ ਦੱਸ ਸਕਦੇ ਆ ਵੀ ਕਿਹਦੇ ਨੂੰ ਇਸ਼ਾਰਾ ਕਰਦੇ ਆ। ਮੈਂ ਹੁਣ ਕਾਹਦੇ ਵਾਸਤੇ, ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂ ਗਾ, ਮੈਂ ਜੋਤਿਸ਼ ਲਾਉਂਦਾ ਫਿਰਾਂ। ਸੋ ਇਹ ਦੁੱਲੋ ਸਾਹਿਬ ਨੂੰ ਤੁਸੀਂ ਸਵਾਲ ਪੁੱਛ ਲਓ ਜੀ, ਕਹਿੰਦੇ ਸੀ ਵੀ 100 ਸੀਟਾਂ ਨਹੀਂ ਆਉਣੀਆਂ, ਅੱਜ ਤੁਹਾਡਾ ਜੋਤਿਸ਼ ਕਿਤੇ ਹੋਰ ਚਲਾ ਗਿਆ। ਮੈਂ ਤੁਹਾਨੂੰ ਦੱਸਦਾ, ਜੋਤਿਸ਼ ਕਿਸੇ ਦੇ ਵਿਚਾਰਾਂ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ, ਲੇਕਿਨ ਸਟੈਟਿਸਟੀਕਲ ਅਨਾਲਿਸਿਸ ਕਰਕੇ ਤੁਸੀਂ ਜਿਹੜਾ ਉਹ ਇਹੋ ਜਿਹੀਆਂ ਗੱਲਾਂ ਕਰ ਸਕਦੇ ਹੋ। ਦੋਨਾਂ 'ਚ ਫਰਕ ਹੈ, ਉਹ ਜੋਤਿਸ਼ ਨਹੀਂ ਸੀ, ਉਹ ਇੱਕ ਐਨਾਲਿਟੀਕਲ ਅਪਰੋਚ ਸੀ, ਇਹ ਇੱਕ ਜੋਤਿਸ਼ ਹੋਏਗਾ। ਮੈਂ ਕਿਉਂ ਕਿਹਦੇ ਵੱਲ ਨਹੀਂ ਇਸ਼ਾਰਾ ਕਰ ਰਿਹਾ, ਹੋਰ ਮੈਂ ਕੀ ਦੱਸ ਸਕਦਾ? ਤੁਸੀਂ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਤੁਹਾਨੂੰ ਜੋਤਿਸ਼ ਲੱਗ ਰਿਹਾ ਪਿਆ? ਦੇਖੋ, ਮੀਡੀਆ ਦੇ ਤੁਸੀਂ ਬੰਦੇ ਹੋ, ਮੀਡੀਆ ਸਿੱਧਾ ਸਵਾਲ ਉੱਥੇ ਬੈਠਾ ਹੀ ਕਰ ਸਕਦਾ ਸੀਗਾ ਦੁੱਲੋ ਸਾਹਿਬ ਨੂੰ ਵੀ, ਦੁੱਲੋ ਸਾਹਿਬ ਆ ਕਿਹੜੀ ਗੱਲ ਕੀਤੀ? ਸਾਨੂੰ ਤਾਂ ਪਤਾ ਨਾ, ਸਾਨੂੰ ਪਤਾ ਕਿੰਗਰਾ ਸਾਹਿਬ, ਤੁਹਾਨੂੰ ਪਤਾ ਹੁੰਦੇ ਬਾਵਜੂਦ ਤੁਸੀਂ ਦੱਸ ਨਹੀਂ ਪਏ। ਨਹੀਂ, ਮੈਨੂੰ ਜੇ ਪਤਾ ਹੁੰਦਾ ਮੈਂ ਜ਼ਰੂਰ ਦੱਸਦਾਗਾ, ਇਹਨਾਂ ਗੱਲਾਂ ਦਾ ਮੈਂ ਜ਼ਿਆਦਾ ਨਹੀਂ ਦਖਲ ਦੁਖਲ ਦਿੰਦਾਗਾ, ਕਿਉਂਕਿ ਸਿਆਸਤ ਦਾ ਮਾਹੌਲ ਜਿਹੜਾ ਉਹ ਭਖਿਆ ਹੋਇਆ ਗਿਆ। ਬਾਕੀ ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂਗਾ, ਬਹੁਤਾ ਵੱਡਾ ਜਦੋਂ ਸਿਸਟਮ ਹੁੰਦਾ ਨਾ, ਪਾਰਟੀ ਸਿਸਟਮ ਦੇ ਤੌਰ 'ਤੇ ਹੁੰਦੀ ਆ, ਉਹ ਸਿਸਟਮ ਦੇ ਵਿੱਚ ਡਿਮਾਂਡ ਐਂਡ ਸਪਲਾਈ ਦੀ ਵੀ ਇੱਕ ਚੀਜ਼ ਹੁੰਦੀ ਹੈ ਸਾਰਿਆਂ ਦੇ ਵਿੱਚ। ਉਸੇ ਤਰ੍ਹਾਂ ਸਿਸਟਮ ਦੇ ਅੱਡ ਅੱਡ ਫੰਕਸ਼ਨਰੀ ਹੁੰਦੇ ਆ, ਉਹਨਾਂ ਦੇ ਅੱਡ ਅੱਡ ਫੰਕਸ਼ਨ ਹੁੰਦੇ ਆ। ਜੇ ਸਿਰ ਕਹਿੰਦੇ ਵੀ ਮੈਂ ਬਹੁਤ ਤਗੜਾ, ਢਿੱਡ ਕਹਿੰਦੇ ਮੈਂ ਬਹੁਤ ਤਗੜਾ, ਢਿੱਡ ਰੋਟੀ ਨਾ ਖਾਵੇ ਸਿਰ ਕੀ ਕਰੂਗਾ? ਸੋ ਇਸ ਕਰਕੇ ਪਾਰਟੀ ਦੇ ਸਿਸਟਮ ਚੱਲਦੇ ਹੁੰਦੇ ਆ। ਲਾਲ ਸਿੰਘ ਦੇ ਪਿੱਛੇ ਕਿਹਦਾ ਸਿਰ ਹੈ?
देखो फिर उही सवाल बड़ा सिंपल और किसे दे पिछे सरदार लाल सिंह हुरी जिहड़े ने ओ चोण दा जिहड़ा प्रबंध है ओदे चेयरमैन ने कमेटी दे ओदे पिछे किसे नूं होण दी लोड़ ही कोई नहीं अमरजीत सिंह ही हिमसेल्फ इज कॉम्पिटेंट अमरजीत सिंह तारनी है सियासत दा कनेक्शन फतेहगढ़ साहब नाल जुड़दा ते फतेहगढ़ साहब तुसीं बिलोंग करदे हो तारनी साहब तुहानूं कौन लगदा है कि दूलो लाल दे कलेश दा कैप्टन कौन है देखो जिहड़ी अज दूलो साहब दी सारी दी सारी प्रेस कॉन्फ्रेंस होई है ਉਹਦੇ ਵਿੱਚ ਜਿਹੜੇ ਚੋਣਵੇਂ ਕੁਐਸਚਨ ਉਹਨਾਂ ਨੇ ਆਨਸਰ ਕੁਐਸਚਨ ਕਰੇ ਹੈਗੇ ਆ ਔਰ ਇਕੱਲਾ ਇਕੱਲਾ ਗਿਣ ਕੇ ਕਰਿਆ ਹੈਗਾ ਮੈਂ ਉਹ ਸਾਰੇ ਦੇ ਸਾਰੇ ਨੋਟ ਕੀਤੇ ਵੇ ਔਰ ਮੈਂ ਸਾਰੇ ਦੇ ਸਾਰੇ ਇੱਕ ਇੱਕ ਕਰਕੇ ਦੱਸਦਾ ਉਹਤੇ ਬਾਅਦ ਤੁਹਾਡੇ ਸਾਹਮਣੇ ਆਜੂਗਾ ਕਿ ਇਸ ਦਾ ਸਿਰ ਕੌਣ ਹੈਗਾ ਨੰਬਰ ਇੱਕ ਪਹਿਲਾਂ ਉਹਨਾਂ ਨੇ ਕੁਐਸਚਨ ਕੀਤਾ ਕਿ ਉਹ ਲੋਕ ਜਿਹੜੇ ਟੈਰੋਰਿਜ਼ਮ ਦੇ ਦੌਰਾਨ ਕਾਂਗਰਸੀਆਂ ਨੂੰ ਮਰਵਾਉਂਦੇ ਰਹੇ ਉਹ ਲੋਕ ਅੱਜ ਸੱਤਾ 'ਤੇ ਕਾਬਜ਼ ਹੋਏ ਬੈਠੇ ਆ ਸੱਤਾ 'ਤੇ ਕਾਬਜ਼ ਕੌਣ ਹੈਗੇ ਆ ਇਹ ਤੁਹਾਡੇ ਸਾਹਮਣੇ ਆ ਦੂਜਾ ਉਹਨਾਂ ਨੇ ਕਿਹਾ ਕਿ ਉਹ ਲੋਕ ਜਿਹੜੇ ਅੰਗਰੇਜ਼ਾਂ ਦੇ ਟੋਡੀ ਸੀ ਉਹ ਰਾਜੇ ਮਹਾਰਾਜੇ ਜਿਹੜੇ ਅੰਗਰੇਜ਼ਾਂ ਦੀ ਹੈਲਪ ਕਰਦੇ ਸੀ ਜਿਨ੍ਹਾਂ ਨੇ ਠੀਕਰੀ ਆਲ ਵਾਲੇ ਨੂੰ ਮਰਾਇਆ ਉਹ ਲੋਕ ਸੱਤਾ 'ਤੇ ਅੱਜ ਕਾਬਜ਼ ਬੈਠੇ ਆ ਤੀਜੀ ਗੱਲ ਉਹਨਾਂ ਨੇ ਕਰੀ ਕਿ ਉਹ ਲੋਕ ਜਿਹੜੇ ਮਾਫੀਆ ਡਰੱਗ ਮਾਫੀਆ ਰੇਤ ਮਾਫੀਆ 'ਤੇ ਕਾਬਜ਼ ਹੋਏ ਬੈਠੇ ਆ ਉਹ ਸੱਤਾ 'ਤੇ ਕਾਬਜ਼ ਹੋਏ ਵੇ ਆ ਅਗਲੀ ਗੱਲ ਉਹਨਾਂ ਨੇ ਕੀਤੀ ਕਿ ਜੇ ਕਾਂਗਰਸ ਕਲਚਰ ਹੈ ਜਿਹੜਾ ਉਹਨੂੰ ਬਚਾਉਣ ਇੱਕ ਗੱਲ ਜਿਹੜੀ ਮੈਂ ਕਹਿਣਾ ਮੈਂ ਤੁਹਾਨੂੰ ਲਾਸਟ ਦੇ ਵਿੱਚ ਜਿਹੜੀ ਬਾਕੀ ਆਪਾਂ ਟਾਈਮ ਆਊਗਾ ਮੈਂ ਕਰਦਾ ਰਹੂੰਗਾ ਇੱਕ ਲਾਸਟ ਉਹਨਾਂ ਨੇ ਇੱਕ ਗੱਲ ਕਹੀ ਕਿ ਪਟਿਆਲੇ ਵਾਲਿਆਂ ਦਾ ਬਲੱਡ ਹੀ ਅਲੱਗ ਹੈ ਇਹਨਾਂ ਨੂੰ ਚਾਪਲੂਸੀ ਔਰ ਜੀ ਹਜ਼ੂਰ ਕਰਨ ਦੀ ਆਦਤ ਹੈਗੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਸਿਰ ਕਿਹੜਾ ਹੈ ਤੁਸੀਂ ਇਹ ਨਹੀਂ ਦੱਸਿਆ ਤੁਸੀਂ ਇਹ ਨਹੀਂ ਦੱਸਿਆ ਵੀ ਅਕਾਲੀਆਂ ਨਾਲ ਕੌਣ ਮਿਲਿਆ ਹੋਇਆ ਮੈਨੂੰ ਲੱਗਦਾ ਪੋਲੀਟੀਕਲ ਇਹਨਾਂ ਦੇ ਹੱਕ 'ਚ ਨਹੀਂ ਤਾਂ ਮੈਂ ਲੈ ਦਿੰਦਾ ਇੱਦਾਂ ਹੈ ਵੀ ਦੁੱਲੋ ਸਾਹਿਬ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਨੇ ਇਸ ਵੇਲੇ ਉਹਨਾਂ ਦੀ ਲੜਾਈ ਉਦੋਂ ਦੀ ਚੱਲਦੀ ਹੈ ਜਦੋਂ ਕੈਪਟਨ ਸਾਹਿਬ ਪਿਛਲੇ ਟਰਮ 'ਚ ਪ੍ਰਧਾਨ ਸੀ ਕਾਂਗਰਸ ਕਮੇਟੀ ਦੇ ਉਦੋਂ ਵੀ ਬਹੁਤ ਟਸਲ ਹੋਈ ਸੀ ਕਿਸੇ ਇਸ਼ੂ 'ਤੇ ਟਿਕਟਾਂ ਵੰਡਣ 'ਤੇ ਮੇਰਾ ਖਿਆਲ ਹੋਇਆ ਉਹ ਇਸ਼ੂ ਜ਼ਿਆਦਾ ਹੋਰ ਪੱਖਿਆ ਸੀ ਜਦੋਂ ਲੁਧਿਆਣੇ ਰੈਲੀ ਸੀ ਤਰੋਜ ਸਿੰਘ ਜੀ ਸੋਨੀਆ ਗਾਂਧੀ ਹਰਾਂ ਦੀ ਰੈਲੀ ਸੀ ਉਦੋਂ ਦੁੱਲੋ ਸਾਹਿਬ ਪ੍ਰਧਾਨ ਸੀ ਉਦੋਂ ਹੀ ਬੜਾ ਮਸਲਾ ਪਿਆ ਉਦੋਂ ਪੱਖਿਆ ਉਸ ਤੋਂ ਬਾਅਦ ਵੀ ਕਾਫੀ ਪੱਖਿਆ ਰਿਹਾ ਦੇਖੋ ਇਹ ਜਿਹੜੀ ਦੁੱਲੋ ਸਾਹਿਬ ਦੀਆਂ ਗੱਲਾਂ ਨੇ ਨਾ ਜੇ ਤਾਂ ਇਹਨਾਂ ਦੇ ਮਨ 'ਚ ਦਰਦ ਆ ਵੀ ਉਹਨਾਂ ਨੇ ਆਪਣੇ ਲੜਕੇ ਲਈ ਜਾਂ ਕਿਸੇ ਲਈ ਟਿਕਟ ਮੰਗੀ ਨਹੀਂ ਦਿੱਤੀ ਅਤੇ ਤਾਂ ਇਹ ਗੱਲਾਂ ਕਰ ਰਹੇ ਨੇ ਤਾਂ ਫਿਰ ਤਾਂ ਇਹ ਵੀ ਉਸੇ ਕਟਹਿਰੇ 'ਚ ਖੜ੍ਹੇ ਹੁੰਦੇ ਨੇ ਪਰ ਦੁੱਲੋ ਸਾਹਿਬ ਕਾਫੀ ਚਿਰ ਤੋਂ ਇੱਦਾਂ ਦੇ ਬਿਆਨ ਦਿੰਦੇ ਆ ਰਹੇ ਨੇ ਉਹਨਾਂ ਦਾ ਸਿੰਪਲ ਜਿਹਾ ਸਵਾਲ ਇਹ ਹੈ ਵੀ ਕਾਂਗਰਸ ਵਿੱਚ ਜਿਹੜਾ ਕਾਂਗਰਸ ਰਵਾਇਤੀ ਕਾਂਗਰਸ ਸੀ ਜਿਹੜੇ ਰਵਾਇਤੀ ਲੀਡਰ ਸੀ ਜਿਹੜੇ ਢੰਗ ਨਾਲ ਉਹਨਾਂ ਨੂੰ ਚੁਣਿਆ ਜਾਂਦਾ ਸੀ ਅੱਗੇ ਲਿਆਇਆ ਜਾਂਦਾ ਸੀ ਉਹ ਸਿਸਟਮ ਖਤਮ ਹੋ ਗਿਆ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਇਕੱਲੀ ਕਾਂਗਰਸ ਦੀ ਨਹੀਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਕੇਪੀ ਜੀ ਦੁੱਲੋ ਸਾਹਿਬ ਜਾਂ ਇਹਨਾਂ ਵਰਗੇ ਜਿਹੜੇ ਪੁਰਾਣੇ ਰਵਾਇਤੀ ਜਾਂ ਟਕਸਾਲੀ ਲੀਡਰ ਕਹਿ ਲਈਏ ਉਹ ਬਿਲਕੁਲ ਮੈਂ ਕਹਿੰਦਾ ਇਸ ਮਾਮਲੇ 'ਚ ਠੀਕ ਨੇ ਭਾਵੇਂ ਸਮੇਂ ਮੁਤਾਬਕ ਜਿਵੇਂ ਜ਼ਿੰਦਗੀ ਬਦਲਣੀ ਆ ਸਿਆਸਤ ਵੀ ਬਦਲਣੀ ਹੈ ਪਰ ਇੱਕ ਗੱਲ ਬੜੀ ਸਾਫ਼ ਹੈ ਵੀ ਹੁਣ ਟਕਸਾਲੀ ਰਵਾਇਤੀ ਇਮਾਨਦਾਰ ਪੜ੍ਹੇ ਲਿਖੇ ਜਾਂ ਇਹ ਕਹਿ ਲਈਏ ਵੀ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਪਾਰਟੀ 'ਚ ਕੰਮ ਕੀਤਾ ਇਮਾਨਦਾਰੀ ਨਾਲ ਹੁਣ ਯੋਗ ਨਹੀਂ ਰਿਹਾ ਵੀ ਉਹੀ ਪ੍ਰਧਾਨ ਬਣਨਗੇ ਜਾਂ ਉਹਨਾਂ ਨੂੰ MLA MP ਦੀਆਂ ਟਿਕਟਾਂ ਮਿਲਣਗੀਆਂ ਮੋਟੇ ਤੌਰ 'ਤੇ ਲੱਗਦਾ ਵੀ ਜਿਵੇਂ ਹੁਣ ਪਾਰਟੀਆਂ ਵਿੱਚ ਕੁਛ ਇਨਵੈਸਟਰ ਆਉਂਦੇ ਨੇ ਉਹ ਕੈਲਕੂਲੇਸ਼ਨ ਕਰਦੇ ਨੇ ਵੀ MP ਦੀ ਸੀਟ MLA ਦੀ ਟਿਕਟ ਜਾਂ ਇੱਥੋਂ ਤੱਕ ਵੀ ਆ ਗਈ ਹੈ ਵੀ ਮੰਤਰੀਸ਼ਿਪ ਲੈਣ ਲਈ ਕਿੰਨੇ ਪੈਸੇ ਦੇ ਕੇ ਅਤੇ ਸਾਨੂੰ ਕਿੰਨੇ ਬਚਾਏ ਜਾ ਸਕਦੇ ਆ ਸੋ ਜਦੋਂ ਇਨਵੈਸਟਰ ਆ ਜਾਣ ਜਦੋਂ ਟਿਕਟਾਂ ਦੇਣ ਵੇਲੇ ਮੈਰਿਟ ਦੀ ਥਾਂ 'ਤੇ ਜੁਗਾੜਬਾਜ਼ੀ ਚੱਲੇ ਜਦੋਂ ਟਿਕਟਾਂ ਦੇਣ ਵੇਲੇ ਜਿਹੜੇ ਹਲਕੇ ਦੇ ਲੀਡਰ ਨੇ ਉਹਨਾਂ ਨੂੰ ਇਗਨੋਰ ਕਰਕੇ ਬਾਹਰੋਂ ਲਿਆ ਕੇ ਲਾਇਆ ਜਾਵੇ ਔਰ ਇੱਥੋਂ ਤੱਕ ਕਿ ਦਿੱਲੀ ਤੋਂ ਮੁੰਬਈ ਤੋਂ ਲੈ ਕੇ ਵੀ ਲਾਇਆ ਜਾਵੇ ਤਾਂ ਮੈਨੂੰ ਲੱਗਦਾ ਉਦੋਂ ਫਿਰ ਇਹੋ ਜਿਹੇ ਟਕਸਾਲੀ ਕਿਸੇ ਵੀ ਪਾਰਟੀ ਦੇ ਲੀਡਰ ਉਹ ਚੀਕਾਂ ਮਾਰਨਗੇ ਬਗਾਵਤ ਦਾ ਝੰਡਾ ਚੁੱਕਣਗੇ ਚੁੱਕਣਗੇ ਚਲੋ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਜ਼ਰੂਰ ਪੁੱਛਾਂਗੇ ਕਿ ਕੈਪਟਨ ਹੈ ਕੌਣ ਇਸ ਕਲੇਸ਼ ਦੇ ਪਿੱਛੇ ਹਾਲਾਂਕਿ ਜਵਾਬ ਆ ਜਿਹੜਾ ਸਿੱਧਾ ਸਿੱਧਾ ਸਾਰਿਆਂ ਨੂੰ ਪਤਾ ਹੈਗਾ ਤਰੁਣ ਸਿੰਘ ਹਰਾਂ ਨੇ ਦੱਸ ਵੀ ਦਿੱਤਾ ਹੈਗਾ ਪਰ ਇਸ ਕਲੇਸ਼ ਦੇ ਪਿੱਛੇ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੈ
ਜਾਂ ਅਮਰਿੰਦਰ ਸਿੰਘ ਤੋਂ ਇਲਾਵਾ ਕੋਈ ਹੋਰ ਵੀ ਹੈ, ਜਾਂ ਅਮਰਿੰਦਰ ਸਿੰਘ ਦੀ ਟੀਮ ਨਹੀਂ ਹੈ ਕਿ ਜਾਂ ਕੋਈ ਹੋਰ ਹੈਗਾ, ਬੜੇ ਸਾਰੇ ਸਵਾਲ ਹੈਗੇ ਆ ਅਤੇ ਇਸ ਕਲੇਸ਼ ਦਾ ਅਸਰ ਕੀ ਹੋਵੇਗਾ ਮਿਸ਼ਨ 2019 'ਤੇ, ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗੇ। ਸਵਾਲ ਇੱਕੋ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸ਼ਮਸ਼ੇਰ ਸਿੰਘ ਦੁੱਲੋ ਨੇ ਲਾਲ ਸਿੰਘ ਦੇ ਬਹਾਨੇ ਕਿਹੜੇ ਯਾਰ ਅਤੇ ਕਿਤੇ ਸਿਆਸੀ ਵਾਰ? ਪ੍ਰੋਫੈਸਰ ਮਨਜੀਤ ਸਿੰਘ, ਇਸ ਸਵਾਲ ਦਾ ਜਵਾਬ ਦੇ ਦਿਓ। ਨਹੀਂ ਬਿਲਕੁਲ, ਉਹ ਪਤਾ ਨਹੀਂ ਕਿਉਂ ਨਹੀਂ ਨਾਂ ਲੈਣ ਤੋਂ, ਕਿਉਂ ਨਹੀਂ ਡਰਦੇ? ਉਹ ਮਹਾਰਾਜੇ ਸਾਹਿਬ ਦੀ ਗੱਲ, ਉਹਨਾਂ ਨੇ ਕੈਪਟਨ ਸਾਹਿਬ ਦੀ ਗੱਲ ਕਰ ਰਹੇ ਬਾਰ ਬਾਰ ਕਿ ਜਿਹੜਾ ਲਾਲ ਸਿੰਘ ਹੁਣੀ ਬੋਲਿਆ ਉਹਨਾਂ ਦੀ ਸ਼ਹਿ 'ਤੇ ਉਹਨਾਂ 'ਤੇ ਹਮਲਾ ਹੋ ਰਿਹਾ। ਮੈਂ ਆਪ ਖੁਦ ਦੁੱਲੋ ਸਾਹਿਬ ਨੂੰ ਉਹਨਾਂ ਦਿਨਾਂ 'ਚ ਜਦੋਂ ਪਿਛਲੀ ਟਰਮ ਦੇ ਵਿੱਚ ਕੈਪਟਨ ਅਮਰਿੰਦਰ ਸਾਹਿਬ ਸੀਗੇ ਚੀਫ ਮਿਨਿਸਟਰ, ਮੈਂ ਇਹਨਾਂ ਨੂੰ ਮਿਲਿਆ, ਉਦੋਂ ਇਹ ਪ੍ਰਧਾਨ ਹੁੰਦੇ ਸੀਗੇ। ਜਦੋਂ ਬਿਮਾਰ ਸੀਗੇ? ਜਦੋਂ ਬਿਮਾਰ ਸੀਗੇ ਮੈਂ ਇਹਨਾਂ ਨੂੰ ਮਿਲਿਆ ਸੀ। ਮੈਂ ਉਹ ਪਤਾ ਹੀ ਲੈਣ ਗਿਆ ਸੀ, ਅਸਲ 'ਚ ਉਹਨਾਂ ਦੇ ਪਿੱਠ 'ਤੇ ਸੱਟ ਜੀ ਲੱਗੀ ਸੀ ਅਤੇ ਪਏ ਰਹਿੰਦੇ ਸੀ। ਮੈਂ ਜਦੋਂ ਪਤਾ ਲੈਣ ਗਿਆ ਤਾਂ ਮੈਂ ਬੜਾ ਹੈਰਾਨ ਹੋਇਆ ਅਤੇ ਮੈਨੂੰ ਉਹਨਾਂ ਨੇ ਬੜੇ ਆਰਾਮ ਨਾਲ ਇਹ ਗੱਲ ਕਹੀ, ਕਹਿੰਦੇ ਮੈਂ ਪ੍ਰਧਾਨ ਜ਼ਰੂਰ ਹਾਂ, ਮੇਰੀ ਚੱਲਦੀ ਕੋਈ ਨਹੀਂ। ਕਹਿੰਦੇ ਮੈਂ ਪ੍ਰਧਾਨ ਹਾਂ ਕਾਂਗਰਸ ਦਾ, ਇਹ ਚੀਫ ਮਿਨਿਸਟਰ ਆ, ਮੈਨੂੰ ਬਾਹਰ ਕੁਰਸੀ 'ਤੇ ਬਿਠਾਲ ਦਿੰਦੇ ਆ। ਇਹ ਗਰਜ ਉਦੋਂ ਵੀ ਸੀਗਾ, ਅੱਜ ਵੀ ਉਹਨਾਂ ਦੀ ਜਿਹੜੀ ਜਿੰਨੀ ਇੰਟਰਵਿਊ ਆ ਬਾਰ ਬਾਰ, ਅਸੀਂ ਗਰੀਬ ਦਾ ਵਰਸਿਸ ਹੈ ਨਾ, ਇੱਕ ਰਾਜੇ ਦਾ ਅਤੇ ਨਹੀਂ, ਬੇਸਿਕਲੀ ਬੇਸਿਕਲੀ ਪ੍ਰੋਫੈਸਰ ਮਨਜੀਤ ਸਿੰਘ, ਆਪਾਂ ਮੁੱਦੇ 'ਤੇ ਆਈਏ, ਇਹ ਦਲਿਤ ਸਿਆਸਤ ਨੂੰ ਅੱਗੇ ਲਿਆਉਣ ਵਾਲਾ ਮੁੱਦਾ ਤਾਂ ਨਹੀਂ ਸ਼ਮਸ਼ੇਰ ਸਿੰਘ ਦੁੱਲੋ ਦਾ? ਦਲਿਤ ਸਿਆਸਤ ਵਾਲਾ ਕਾਰਡ ਦੁਬਾਰਾ ਤਾਂ ਨਹੀਂ ਖੇਡਣਾ ਚਾਹ ਰਹੇ? ਨਹੀਂ, ਦੇਖੋ ਸਵਾਲ ਪਤਾ ਕੀ ਹੈਗਾ ਆ, ਗੱਲਾਂ ਤਾਂ ਜਿਹੜੀਆਂ ਕੀਤੀਆਂ, ਪਰ ਪੋਲੀਟੀਸ਼ੀਅਨ ਜਿਹੜਾ ਗੱਲਾਂ ਉਦੋਂ ਕਰਦਾ ਜਦੋਂ ਉਹਦੇ ਆਪਣੇ ਢਿੱਡ 'ਤੇ ਥੋੜ੍ਹੀ ਜਿਹੀ ਲੱਤ ਵੱਜਦੀ ਆ। ਹੁਣ ਜਦੋਂ ਸੀਟਾਂ ਜਾਂ ਤਾਂ ਤੁਸੀਂ ਨੋਰਮਲ ਹਾਲਾਤ ਵਿੱਚ ਇਹ ਗੱਲਾਂ ਕਰੋ ਨਾ, ਜਦੋਂ ਤੁਹਾਡੀਆਂ ਪਾਰਟੀ ਦੀਆਂ ਔਰਗਨਾਈਜੇਸ਼ਨ, ਪਾਰਟੀ ਦੀਆਂ ਮੂਵਮੈਂਟ, ਪਾਰਟੀ ਕੰਮ ਨਹੀਂ ਕਰਦੀ, ਉਦੋਂ ਤੁਸੀਂ ਰੌਲਾ ਪਾਓ, ਉਦੋਂ ਤਾਂ ਤੁਸੀਂ ਸੁਣਦੇ, ਉਦੋਂ ਇੰਤਜ਼ਾਰ ਕਰਦੇ ਰਹਿੰਦੇ ਆ ਵੀ ਜਦੋਂ ਸੀਟਾਂ ਵੰਡੀਆਂ ਜਾਣਗੀਆਂ ਮੈਨੂੰ ਕੁਛ ਮਿਲਦਾ ਕਿ ਨਹੀਂ ਮਿਲਦਾ। ਜਦੋਂ ਨਹੀਂ ਮਿਲਦਾ ਫਿਰ ਸਾਰਾ ਦੁੱਖ ਸੁੱਖ ਪੁਰਾਣਾ ਸਾਰਾ ਕੁਝ ਚੇਤਾ ਆ ਜਾਂਦਾ। ਇਸ ਕਰਕੇ ਇਹ ਤਾਂ ਹੈ ਕਮਜ਼ੋਰੀ, ਜੇ ਜੋ ਇਹ ਜਿੰਨੀਆਂ ਗੱਲਾਂ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਕੀਤੀਆਂ ਕਿ ਮੈਂ ਤਾਂ ਗਰੀਬਾਂ ਦਾ, ਜਮਾਤਾਂ ਦਾ, ਮਜ਼ਦੂਰਾਂ ਦਾ, ਕਿਸਾਨਾਂ ਦਾ ਲੀਡਰ ਹਾਂ, ਅਤੇ ਇਹ ਉੱਥੇ ਰਾਜੇ ਮਹਾਰਾਜੇ ਔਰ ਅਪਰ ਜਿਹੜੇ ਆਪਣੇ ਆਪ ਨੂੰ ਔਰ ਅੰਗਰੇਜ਼ਾਂ ਦੇ, ਔਰ ਇਹ ਗੱਲ ਠੀਕ ਆ, ਇਹਦੇ 'ਚ ਇਹ ਤਾਂ ਹਿਸਟੋਰੀਕਲ ਫੈਕਟ ਆ ਕਿ ਜਿਹੜਾ ਮਹਾਰਾਜਾ ਪਟਿਆਲਾ ਦਾ ਜਿਹੜਾ ਸਾਰੀ ਪੁਰਾਣੀ ਲਗੇਸੀ ਆ, ਬਿਲਕੁਲ ਖੁਸ਼ਵੰਤ ਸਿੰਘ ਨੇ ਤਾਂ ਉਹਨਾਂ ਨੂੰ ਲਿਖਿਆ ਕਿ ਅੰਗਰੇਜ਼ਾਂ ਦੇ ਟੋਡੀ ਸੀਗੇ, ਉਹ ਲਗਾਤਾਰ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੇ ਅਟੈਕ ਤੋਂ ਪਹਿਲਾਂ ਵੀ ਅਤੇ ਬਾਅਦ ਵੀ, ਅਤੇ ਹੁਣ ਇਹੋ ਜਿਹੇ ਇਲਜ਼ਾਮ ਤਾਂ ਅਕਾਲੀਆਂ 'ਤੇ ਵੀ ਲੱਗਦੇ ਆ। ਨਹੀਂ, ਇੱਕੋ ਜਿਹੀ ਗੱਲ ਹੈ ਨਾ ਫਿਰ? ਨਹੀਂ ਨਹੀਂ, ਜ਼ਰੂਰ ਉਹੋ ਜਿਹੇ ਇਲਜ਼ਾਮ ਦੁੱਲੋ ਸਾਹਿਬ ਨੇ, ਪਰ ਅਕਾਲੀ ਜਿਹੜੇ ਆ, ਜਿਹੜੀ ਮਾਡਰਨ ਲੀਡਰਸ਼ਿਪ ਆ ਅਕਾਲੀਆਂ ਦੀ, ਉਹ ਰਾਜਿਆਂ ਮਹਾਰਾਜਿਆਂ 'ਚੋਂ ਉਸ ਕਿਸਮ ਦੀ ਨਹੀਂ ਹੈ। ਇਹ ਜਿਹੜੇ ਰਾਜੇ ਸੀਗੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਜਿਹੜੇ ਰਾਜਿਆਂ ਦੇ ਪਰਿਵਾਰ 'ਚੋਂ ਸੀਗੇ। ਹੁਣ ਇਹ ਗੱਲਾਂ ਤਾਂ ਇਹਨਾਂ ਨੇ ਠੀਕ ਕੀਤੀਆਂ, ਸਵਾਲ ਇਹ ਹੈ ਕਿ ਕੀ ਜਿਹੜੀਆਂ ਗੱਲਾਂ ਇਹ ਕਰ ਰਹੇ ਇਹ ਲੋਕਾਂ 'ਚ ਵਿਚਰੇ ਉਸ ਤਰ੍ਹਾਂ, ਕੀ ਲੋਕਾਂ 'ਚ ਇਹਨਾਂ ਦਾ ਉਸ ਤਰ੍ਹਾਂ ਦਾ ਆਧਾਰ ਅਤੇ ਅਕਸ਼ ਹੈਗਾ, ਕਿ ਇਹਨਾਂ ਦੇ ਪਿੱਛੇ ਮਾਸਜ਼ ਉਸ ਗੱਲ 'ਤੇ ਹੈਗੇ ਆ ਜਿਹੜੀ ਇਹ ਗੱਲਾਂ ਕਹਿ ਰਹੇ ਆ? ਨਹੀਂ ਹੈਗੇ। ਜੇ ਹੁੰਦੇ ਤਾਂ ਫਿਰ ਸ਼ਾਇਦ ਗੱਲ ਕੁਛ ਹੋਰ ਹੁੰਦੀ, ਇਸ ਕਰਕੇ ਗੱਲਾਂ ਕੁਛ ਹੋਰ ਹੋ ਜਾਂਦੀਆਂ ਆ ਮੇਰੇ ਵੀਰਾਂ ਦੀਆਂ। ਭਾਵੇਂ ਉਹ ਗੱਲਾਂ ਠੀਕ ਕਹਿ ਰਹੇ ਆ, ਪਰ ਉਹਦੇ ਬਾਵਜੂਦ ਵੀ ਜਿਹੜੀ ਉਹ ਪੋਲੀਟਿਕਸ ਦੀ ਗੱਲ ਕਰ ਰਹੇ, ਉਹ ਪੋਲੀਟਿਕਸ ਨੂੰ ਚਲਾ ਨਹੀਂ ਸਕਦੇ, ਚਲਾ ਨਹੀਂ ਸਕਦੇ। ਤਰਲੋਜ ਸਿੰਘ ਜੀ, ਇੱਕੋ ਗੱਲ ਕਹਿ ਰਹੇ ਕਿ 90% ਪੁਰਾਣੇ ਕਾਂਗਰਸੀ ਘਰੇ ਬਿਠਾਤੇ ਆ, ਇਹ ਤਾਂ ਰਾਜ ਸਭਾ 'ਚ ਵੀ ਜਾਈ ਜਾਂਦੇ ਆ। ਹਾਂਜੀ, ਮੈਂ ਬਿਲਕੁਲ ਉਹੀ ਗੱਲ ਕਰਨ ਲੱਗਿਆ, ਮੈਨੂੰ ਯਾਦ ਆ ਗਿਆ ਜਦੋਂ ਕਾਂਗਰਸ ਵਿੱਚ ਤਾਜ਼ੇ ਤਾਜ਼ੇ ਸ਼ਾਮਿਲ ਹੋਏ ਹੰਸਰਾਜ ਹੰਸ, ਤੇ ਪਾਰਟੀ ਨੇ ਆਲਮੋਸਟ ਫੈਸਲਾ ਕਰ ਲਿਆ ਸੀ ਉਹਨਾਂ ਨੂੰ ਰਾਜ ਸਭਾ 'ਚ ਭੇਜਣ ਦਾ, ਫਿਰ ਉਹਨਾਂ ਸਟੇਜ ਤੋਂ ਛਾਲ ਮਾਰਤੀ, ਤੇ ਦੁੱਲੋ ਸਾਹਿਬ ਨੇ ਬਹੁਤ ਵਿਰੋਧ ਕੀਤਾ ਸੀ ਉਹਦਾ। ਉਦੋਂ ਵੀ ਦੁੱਲੋ ਸਾਹਿਬ ਨੇ ਇੱਦਾਂ ਦੇ ਸ਼ਬਦ ਹੀ ਕਹੇ ਸੀ ਜਿਵੇਂ ਹੁਣ ਕਹਿੰਦੇ ਨੇ ਵੀ ਇਹਦੇ 'ਚ ਖਾਲਿਸਤਾਨੀ ਆ ਗਏ ਨੇ, ਇਹ 'ਚ ਨਵੇਂ ਬੰਦੇ ਆ ਗਏ, ਦਲ ਬਦਲੂ ਆ ਗਏ ਆ। ਜਦੋਂ ਪ੍ਰੋਟੈਸਟ ਕੀਤਾ ਸੀ ਤੇ ਉਦੋਂ ਪਾਰਟੀ ਨੇ ਇਹਨਾਂ ਦੀ ਗੱਲ ਮੰਨ ਕੇ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸੀ। ਮੈਂ ਬਿਲਕੁਲ ਗੱਲ ਇਹ ਵੀ ਕਰਨੀ ਚਾਹੁੰਦਾ ਵੀ ਜਦੋਂ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾਇਆ, ਮੌਜੂਦਾ ਰਾਜ ਸਭਾ ਦੇ ਮੈਂਬਰ ਨੇ, ਤੇ ਫਿਰ ਮੈਨੂੰ ਲੱਗਦਾ ਵੀ ਇਹਦੇ ਬਾਵਜੂਦ ਬੇਟੇ ਲਈ, ਪਤਨੀ ਲਈ ਪਤਾ ਨਹੀਂ ਟਿਕਟ ਮੰਗੀ ਨਹੀਂ ਮੰਗੀ, ਜਿਵੇਂ ਲਾਲ ਸਿੰਘ ਹੁਣੀ ਕਹਿੰਦੇ ਜੇ ਟਿਕਟ ਮੰਗਦੇ ਸੀ ਤਾਂ ਮੈਨੂੰ ਲੱਗਦਾ ਉਹ ਵੀ ਬਹੁਤੀ ਚੰਗੀ ਗੱਲ ਨਹੀਂ। ਪਰ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ, ਦੇਖੋ ਜਿੰਨਾ ਚਿਰ ਕੇ ਪੀ ਜੀ, ਜਿੰਨਾ ਚਿਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਮਰੱਥ, ਇਮਾਨਦਾਰ ਔਰ ਪਾਰਟੀ ਨਾਲ ਜੁੜੀ ਆਈਡੀਓਲੋਜੀ ਵਾਲੇ ਲੀਡਰਾਂ ਨੂੰ ਅੱਗੇ ਨਹੀਂ ਲਿਆਉਣਗੀਆਂ, ਨਾ ਤਾਂ ਉਹ ਪਾਰਟੀ ਦਾ ਕਦੀ ਭਲਾ ਹੋਣਾ, ਉਹ ਜਗਾੜੂ ਹੈ, ਮਤਲਬ ਕੀ ਕਹਾਂਗੇ, ਡੰਗ ਟਪਾਊਗਾ। ਦਿਹਾੜੀਦਾਰੀ ਵਾਲੀ ਗੱਲ ਹੈ ਵੀ ਫਲਾਣਾ ਬੰਦਾ ਕਹਿੰਦਾ ਮੈਂ 20 ਕਰੋੜ ਖਰਚ ਦੂੰਗਾ, ਮੇਰੀ ਖੀਸੇ 'ਚ 20 ਕਰੋੜ ਹੈ, ਅਤੇ ਉਹਨੂੰ ਟਿਕਟ ਦੇ ਦਿੱਤੀ ਅਤੇ ਇਹ ਕਹਿਤਾ ਵੀ ਚਲੋ ਇਹ 20 ਕਰੋੜ ਨਾਲ ਜਿੱਤੂਗਾ, ਲੋਕਾਂ ਨਾਲ ਨਹੀਂ, ਕਿਸੇ ਤਰ੍ਹਾਂ ਦੀ ਸਹਿਮਤੀ ਹਮਦਰਦੀ ਨਾਲ ਨਹੀਂ, ਇਹ 20 ਕਰੋੜ ਨਾਲ ਜਿੱਤ ਜੂਗਾ, ਤਾਂ ਪਾਰਲੀਮੈਂਟ 'ਚ ਸਾਡੀ ਗਿਣਤੀ ਵੱਧ ਜੂਗੀ ਜਾਂ ਸਾਡੀ ਵਿਧਾਨ ਸਭਾ 'ਚ ਗਿਣਤੀ ਵੱਧ ਜਾਏਗੀ। ਇਹ ਬਿਲਕੁਲ ਗਲਤ ਰੁਝਾਨ ਹੈ। ਔਰ ਦੁੱਲੋ ਸਾਹਿਬ ਦੇ ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਬਿਲਕੁਲ ਠੀਕ ਹੈ। ਕਾਂਗਰਸ ਕਿਸੇ ਵੇਲੇ ਕਾਂਗਰਸ ਦੇ ਲੀਡਰ ਦੇਖੀਦੇ ਸੀ, ਮਤਲਬ ਵੀ ਉਹ ਹੁਣ ਤਾਂ ਜਿੰਨੀ ਵੱਡੀ ਗੱਡੀ ਅਤੇ ਓਨਾ ਵੱਡਾ ਲੀਡਰ, ਜਿੰਨੀ ਵੱਡੀ ਕੋਠੀ ਅਤੇ ਓਨਾ ਵੱਡਾ ਲੀਡਰ,
हाँ जी तो जिन्ने उन्हें सोहने कपड़े पाए तो उन्ना वड्डा लीडर पहलों तो हुंदा ही उल्ट सी खुले खुले पजामिया वाले पिंडां तों सानूं याद असीं न्याणे हुंदे सी पतूईआं दीआं खद्दर दीआं पाईआं हुंदीआं सी उत्थे बैठ के पानी पींदे सी सिल्वर दे कच्च दे गलास ही नहीं हुंदे पर हुण जो कल्चर है भी मुख्यमंत्री नूं मंत्री नूं जां एमएलए नूं मिलण लई 100 वारी बंदा सोचदा वी मिलिया जाऊ कि नहीं मिलिया जाऊ ये कल्चर खत्म होना चाहिए। ठीक है ताने साहब अकाली दल किनूं बैक कर रहा लाल सिंह नूं जां शमशेर सिंह दुल्लो नूं कोई अकाली दल ते कोई क्वेश्चन नहीं किया कोई इस तरह की मैं दसदा जी उन्हें नाले भी तो कहा ना भी नार्को टेस्ट करा लो जिहड़ा उहदे च जिम्मेवार होऊगा नहीं तुसीं बैक किहनूं करदे पए हो लाल सिंह नूं बैक करदे हो शमशेर सिंह दुल्लो नूं जां विरोधता कर लो लाल सिंह दी विरोधता करदे हो शमशेर सिंह दुल्लो दी विरोधता करदे हो असीं क्यों करीए किसी दी विरोधता किसी दे हक च क्यों जाईए मैं पर अज दी जिहड़ी डिबेट है बहुत अच्छी डिबेट है उहनां दी जिहड़ी होई है ना प्रैस कॉन्फ्रेंस उहदे ते जिहड़े डिबेट दे विच क्वेश्चन्स उठे हैगे आ ਉਹਦੇ ਤੇ ਡਿਸਕਸ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਚਲੋ ਮੈਂ ਸਵਾਲ ਕਰ ਲਾਂ ਹੋਰ ਸੋਕਾ ਸਵਾਲ ਕਰ ਦਿੰਦਾ। ਹਾਂਜੀ ਇਹ ਕਾਂਗਰਸ ਦੇ ਬ੍ਰਹਮਪੁਰਾ ਜੀ ਹੈ ਸ਼ਮਸ਼ੇਰ ਸਿੰਘ ਦੁੱਲੋ ਪੁਰਾਣੇ ਕਾਂਗਰਸ ਸੀ ਜਿਵੇਂ ਬ੍ਰਹਮਪੁਰਾ ਜੀ ਲੱਗ ਹੋਏ ਸੀ ਉਹਨਾਂ ਨੇ ਵੀ ਤਕਰੀਬਨ ਇਹੋ ਜਿਹੇ ਇਲਜ਼ਾਮ ਲਾਏ ਸੀ। ਨਹੀਂ 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 ਦੇਖੋ ਠੀਕ ਹੈ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਧਾਰਨੀ ਸਾਹਿਬ ਕੀ ਚੱਕਰ ਹੈ ਤੁਹਾਡੇ ਤਾਂ ਬਹੁਤ ਸੌਖੀ ਡਿਬੇਟ ਅੱਜ। ਦੇਖੋ ਮੇਰੇ ਲਈ ਬਹੁਤ ਸੌਖੀ ਡਿਬੇਟ ਹੈ ਮੈਨੂੰ ਕੋਈ ਉਹ ਨਹੀਂ ਹੈਗੀ ਇਨਫੈਕਟ ਗੱਲ ਇਹ ਹੈਗੀ ਹੈ ਕਿ ਕੇਪੀ ਜੀ ਤੁਸੀਂ ਜੋ ਡਿਬੇਟ ਤੇ ਤੁਸੀਂ ਬੁਲਾਇਆ ਹੈਗਾ ਤੁਸੀਂ ਉਹਦੇ ਤੇ ਗੱਲ ਕਰਨ ਦੀ ਬਜਾਏ ਤੁਸੀਂ ਸਾਨੂੰ ਟਾਰਗੇਟ ਕਰਨ ਦੀ ਗੱਲ ਕਰਦੇ ਸਾਨੂੰ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਮੈਨੂੰ ਡਿਬੇਟ ਕਰਦੇ ਨਹੀਂ ਸੋ ਕਮਾਲ ਹੈ ਇਹ ਨਹੀਂ ਦੇਖੋ ਕੁਐਸਚਨ ਸੀਰੀਅਸ ਪਤਾ ਕੀ ਹੈਗਾ ਕੁਐਸਚਨ ਸੀਰੀਅਸ ਇਹ ਹੈਗਾ ਕਿ ਹੀ ਸਟੇਟਡ ਡਾਇਰੈਕਟਲੀ ਬਿਫੋਰ ਦਾ ਅੰਟਾਇਰ ਪ੍ਰੈਸ ਕਿ ਉਸ ਟਾਈਮ ਤੇ ਇਹਨਾਂ ਨੇ ਅੱਤਵਾਦੀਆਂ ਤੋਂ ਕਾਂਗਰਸੀ ਮਰਾਏ ਆ ਕਿਹਨੇ ਕਿਹਨੇ ਮਰਾਏ ਆ ਕੁਐਸਚਨ ਇਹ ਹੈਗਾ ਇਨਵੈਸਟੀਗੇਸ਼ਨ ਦਾ ਕੌਣ ਸੀ ਉਹ ਬੰਦੇ ਜਿਨ੍ਹਾਂ ਦੇ ਅੱਤਵਾਦੀਆਂ ਦੇ ਨਾਲ ਸੰਬੰਧ ਸੀ ਕੌਣ ਕੌਣ ਸੀ ਇਹ ਕੁਐਸਚਨ ਇਹ ਉੱਠਦਾ ਹੈਗਾ ਗੱਲ ਕਰਨ ਵਾਲੀ ਇਹ ਹੈਗੀ ਹੈ ਤੇ ਆਪਾਂ ਗੱਲਾਂ ਜਿਹੜੀਆਂ ਹੈਗੀਆਂ ਇਹ ਕਰੀਏ ਕਿ ਬ੍ਰਹਮਪੁਰਾ ਸਾਹਿਬ ਨੇ ਇਹ ਕਹਿ ਦਿੱਤਾ ਤੇ ਉਹਨਾਂ ਨੇ ਇਹ ਕਹਿਤਾ ਕਿੰਨੇ ਮਰਵਾਇਆ ਦੱਸ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਸੀਗਾ ਹੁਣ ਅੱਜ ਪਤਾ ਲੱਗਿਆ ਦੇਖੋ ਸਾਡੇ ਤੇ ਸਰਕਾਰਾਂ ਚ ਪਤਾ ਹੈ ਤੁਹਾਨੂੰ ਬਾਦ ਸਾਹਿਬ ਦਾ ਕੀੜੀ ਦਾ ਵੀ ਪਤਾ ਹੁੰਦਾ ਮੈਂ ਕਹਿਣਾ ਉਹ ਕਹਿ ਦੇਣ ਅਸੀਂ ਮਰਾਏ ਆ ਸਾਡੇ ਤੇ ਲਾ ਦੇਣ ਉਹ ਐਲੀਗੇਸ਼ਨ ਅੱਜ ਉਹਨਾਂ ਨੇ ਕਿਹਾ ਕਿ ਕਾਂਗਰਸੀਆਂ ਨੇ ਜਿਹੜੇ ਜਿਹੜੇ ਕਾਂਗਰਸੀਆਂ ਨੇ ਅੱਤਵਾਦੀਆਂ ਨਾਲ ਰਲ ਕੇ ਕਾਂਗਰਸੀ ਮਰਾਏ ਆ ਜੋ ਕਾਬਜ ਬੈਠੇ ਹਰਦੀਪ ਸਿੰਘ ਕਰਾ ਇਹ ਸਵਾਲ ਦਾ ਜਵਾਬ ਦਿਓ ਹਰਦੀਪ ਸਿੰਘ ਇਸ ਤਰ੍ਹਾਂ ਹੈ ਪਹਿਲੀ ਗੱਲ ਤਾਂ ਕੇਪੀ ਦੁੱਲੋ ਸਾਹਿਬ ਦੀ ਜਿਹੜੀ ਪ੍ਰੈਸ ਕਾਨਫਰੰਸ ਨੂੰ ਉਨੀ ਅਹਿਮੀਅਤ ਦੇਣ ਦੀ ਲੋੜ ਹੈ ਨਹੀਂ ਇਕੱਲੇ ਬੈਠੇ ਸੀ ਵਿਚਾਰੇ ਬੋਲੀ ਜਾਂਦੇ ਆ ਉਹਦੇ 'ਚ ਕੋਈ ਐਡੀ ਅਹਿਮੀਅਤ ਦੇਣ ਦੀ ਲੋੜ ਨਹੀਂ ਮੇਰੀ ਗੱਲ ਧਿਆਨ ਨਾਲ ਸੁਣਿਓ ਜੀ ਦੂਜੀ ਗੱਲ ਜੋ ਦੁੱਲੋ ਸਾਹਿਬ ਨੇ ਕਿਹਾ ਕਿ ਪੁਰਾਣੇ ਕਾਂਗਰਸੀ ਘਰੇ ਬਾਤੇ ਜੇ ਆਮ ਆਦਮੀ ਪਾਰਟੀ ਦੇ ਬੰਦੇ ਇਹੀ ਕਹਿਣ ਕਿ ਕੱਲ੍ਹ ਆਏ ਸੀ ਤੁਸੀਂ ਅੱਜ ਟਿਕਟ ਲੈ ਲਈ ਤੇ ਸਾਨੂੰ ਘਰੇ ਬਾਤ ਸਵਾਲ ਗੋਲਮੇਲ ਦੇਖੋ ਜੋ ਗੱਲ ਦੁੱਲੋ ਸਾਹਿਬ ਕਹਿ ਰਹੇ ਹੈ ਕਹਿ ਰਿਹਾ ਸਾਨੂੰ ਸਵਾਲ ਇਹ ਪੁੱਛਣਾ ਚਾਹੀਦਾ ਅੱਤਵਾਦੀਆਂ ਤੋਂ ਕਾਂਗਰਸ ਨੂੰ ਮਰਵਾਉਣ ਵਾਲੇ ਅੱਜ ਸੱਤਾ ਤੇ ਕਾਬਜ਼ ਆ ਉਹਦਾ ਜਵਾਬ ਕੀ ਦੋਗੇ ਦੇਖੋ ਮੇਰੀ ਗੱਲ ਉਹ ਕੌਣ ਹੈ ਮੇਰੀ ਗੱਲ ਇਨਵੈਸਟੀਗੇਸ਼ਨ ਦਾ ਕੀ ਉਹ ਹੈ ਦੁੱਲੋ ਸਾਹਿਬ ਨੇ ਕਿਹਾ ਕਿ ਕਾਂਗਰਸੀ ਘਰੇ ਬਾਤੇ ਤੇ ਫਤਿਹਗੜ੍ਹ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਕਹੀ ਜਾਂਦੇ ਕਿ ਆਮ ਆਦਮੀ ਪਾਰਟੀ ਦੇ ਬੰਦੇ ਘਰੇ ਬਾਤੇ ਕੱਲ ਐਡਵੋਕੇਟ ਆਮ ਆਦਮੀ ਪਾਰਟੀ ਤੋਂ ਕਿਉਂ ਜਿਹੜੀ ਗੱਲ ਜਿਹੜੇ ਅਸੂਲਾਂ ਬਾਰੇ ਆਮ ਆਦਮੀ ਪਾਰਟੀ ਦਾ ਆਈ ਨਹੀਂ ਕੀ ਨਹੀਂ ਨਹੀਂ ਜਿਹੜੇ ਅਸੂਲਾਂ ਦੀ ਤੁਸੀਂ ਗੱਲ ਕਰ ਰਹੇ ਹੋ ਪ੍ਰੈਸ ਦੇ ਸਾਹਮਣੇ ਉਹੀ ਅਸੂਲ ਤੁਸੀਂ 2 ਘੰਟੇ ਪਹਿਲਾਂ ਤੋੜ ਕੇ ਆਏ ਹੋ ਸੋ ਤੁਸੀਂ ਇਹ ਅਧਿਕਾਰ ਤੁਹਾਡੇ ਕੋਲੇ ਖਤਮ ਹੋ ਜਾਂਦਾ ਹੈ ਜੇ ਮੈਂ ਕਹਾਂ ਪਾਰਟੀ ਨਹੀਂ ਬਦਲਣੀ ਚਾਹੀਦੀ ਮੈਂ ਤਾਂ ਆਮ ਆਦਮੀ ਪਾਰਟੀ ਚੋਂ ਆਇਆ ਕਿ ਮੈਂ ਕਿਵੇਂ ਕਹਿੰਦਾ ਪਾਰਟੀ ਨਹੀਂ ਬਦਲਣੀ ਚਾਹੀਦੀ ਇਹ ਸਵਾਲ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਜਿਹੜਾ ਉਹਨਾਂ ਨੇ ਅੱਤਵਾਦੀਆਂ ਨਾਲ ਸਵਾਲ ਕੀਤਾ ਉਹਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਕਿੰਗਰਾ ਸਾਹਿਬ ਐਡੇ ਵੱਡੇ ਲੀਡਰ ਨੂੰ ਦੇਖੋ ਐਡਾ ਵੱਡਾ ਲੀਡਰ ਰਹੇ ਹੈ ਕਾਂਗਰਸ ਦੇ ਪ੍ਰਧਾਨ ਰਹੇ ਹੈ ਰਾਜ ਸਭਾ ਦੇ ਮੈਂਬਰ ਹੈ ਕਹਿੰਦੇ ਆ ਘੜੀਏ ਸ਼ਬਦ ਸੱਚੀ ਟਕਸਾਲ ਤੋਲ ਕੇ ਬੋਲਣਾ ਚਾਹੀਦਾ ਸੀ ਇਹਦਾ ਜਵਾਬ ਸਿਰਫ ਦੁੱਲੋ ਸਾਹਿਬ ਦੇ ਸਕਦੇ ਆ ਕਿ ਫਿਰ ਕਾਰਵਾਈ ਕਰੋ ਨਾ ਦੁੱਲੋ ਸਾਹਿਬ ਤੇ ਉਹਨਾਂ ਨੇ ਜੇ ਸਵਾਲ ਤੁਹਾਨੂੰ ਪਸੰਦ ਨਹੀਂ ਦੁੱਲੋ ਸਾਹਿਬ ਦਾ ਦੁੱਲੋ ਸਾਹਿਬ ਤੇ ਕਾਰਵਾਈ ਕਰੋ ਉਹਨਾਂ ਨੇ ਇਹ ਜਿਹੜੀ ਲੂਜ਼ ਟਾਕ ਕੀਤੀ ਹੈ ਪ੍ਰੈਸ ਦੇ ਸਾਹਮਣੇ ਉਹਦੇ ਵਾਸਤੇ ਉਹ ਖੁਦ ਜ਼ਿੰਮੇਵਾਰ ਨੇ ਇਹ ਲੂਜ਼ ਟਾਕ ਹੈ ਬਿਲਕੁਲ ਲੂਜ਼ ਟਾਕ ਹੈ ਇਸ ਤਰ੍ਹਾਂ ਦੇ ਬੇਬੁਨਿਆਦ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਜਾਂ ਤਾਂ ਤੱਥਾਂ ਦੇ ਆਧਾਰ ਦੇ ਉੱਤੇ ਨਾਂ ਲੈਣੇ ਚਾਹੀਦੇ ਸੀ ਜਦੋਂ ਕਹਿੰਦੇ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚਿਹਰਾ ਯਾਰ ਬੋਲਦਾ ਤੇ ਯਾਰ ਦਾ ਨਾਂ ਲੈਣ 'ਚ ਕਿੱਡੀ ਔਖਾ ਕੰਮ ਸੀ
जो त्रिलोचन सिंह भी जानते हैं यार का नाम, प्रोफेसर मनजीत सिंह ने भी किसी वाल इशारा किया तो दुल्लो साहब भी सीधा ही ना लेते जो बीड़ा चक्या ही है जो 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 लस्सी लैन चले ही तो फिर कुछ जगह से लुकोई जाते दुल्लो साहब फिर खड़का फिर कुछ खड़का एक पास डरते हैं कुछ खड़का एक पास डरते हैं एक पास मैं तू टटा के फलाना छड़ तू खड़ जा के जो खड़ जा कहता कहता मैं तो पच लिया बोक मारती कहता डरना कहते जो एडा स्टैप ले लिया फिर देन ही शुड हैव बीन वेरी क्लियर हिमसेल्फ चलो दुल्लो साहब की आप की स्थिति जी है वह कन्फ्यूज्ड है जिदे करके उन्होंने प्रेस कॉन्फ्रेंस यह उल्टे जो लगातार बयान दे रहे थे कांग्रेस कन्फ्यूज है 40 स्टार प्रचारक की सूची आती है भाई गल ओ यार सूची जी है अज थोड़े को आई है 5-7 दिन 10 दिन पहला फैसला होया सूची के मनो मेरी गल डॉक्यूमेंट जो इशू हों डिस्कशन 5-7-10 दिन पहला रिव्यू होगी सूची है हां जी सूची रिव्यू होगी जी सीनियर लीडरशिप जानती है मैं उस जवाब देने बड़े औखे है दूलो लाल के कलेश का कैप्टन कौन हैगा तो यह कहते हैं मैं वैसे इन्होंने चीज़ों मानता नहीं पर अक्सर कहा जाता है कहते घर च बोकर खड़ी हो लड़ाई पै जाती है झाड़ू खड़ा होया शमशेर सिंह दूलो के परिवार लड़ाई पैदा होगी ब्रेक तो वापस आके होर सवाल पूछूंगा जरूर दूलो लाल के कलेश का कैप्टन कौन है सवाल एक पूछ रहे हैं सवाल अभी यह पूछ रहे हैं शमशेर सिंह दूलो ने लाल सिंह के बहाने किहड़े यार ते किते सियासी वार इस सवाल से अभी बहस कर रहे हैं खास पैनल साडा मौजूद हैगा ते असी सवाल जवाब का सिलसिला अगे वधाउने हैगे हां प्रोफेसर मनजीत सिंह तुसीं कुछ कहना चाह रहे सी नहीं बस मैं ते इन्नी की गल इको कहूंगा कि जिस किस्म की जो त्रिलोचन उन्होंने गल छेड़ी ना बड़ी इंपोर्टेंट गल है इस वेले एक यादव वाराणसी तो प्रधानमंत्री के सामने खड़ा होया साढ़े इतने जड़िया कुछ विडोज है जड़िया किसान दियाँ आत्महत्या हुई उन्होंने जो कोई गल नहीं सुनता तो वह भी लड़ाई दे विच शामिल हुई पार्टियां दे अंदर भी एहो लड़ाई आ पुराने जेड़े मेहनती नेकी वाले छवि वाले बंदे सीगे जिन्हां नूं तुसीं इंज कह लो कि उन्हां दा छवि दा नेकी दा नेकी दा काम दा इमानदारी दा सरमाया सी उन्हां कोल सरमाया सी लोकां विच गुडविल जिहनूं कहिंदे उह दा सरमाया सी उह अज पैसे दे तकड़ी दे तराजू च कख नालों हौला हो के रह गया एक पार्टियां दे अंदर भी बड़ा वड्डा संकट आ सारे देश दे विच एक पासे तुहानूं पता मोदी मोदी उत्थे बीजेपी दी कोई गल नहीं करदा एनडीए दी कोई गल नहीं करदा एहो ही इत्थे कैप्टन 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 जां 4-5 बंदे होर नाल होणगे बाकी सारे जिहड़े वर्कर आ उन्हां दी किस्मत दा फैसला ओह ही चारे पारे चारे पंजे बंदे आपस विच बैठ के कर दिंदे आ इह जिहड़ा संकट साडे समाज विच नवां आउण वाला जिहड़ा दुल्लो जिहदी इक आवाज़ उठा रहे आ पर ओह अपने अपने रूने रो रहे हैं जे वो बिल्कुल इमानदारी नाल गल करन जो कह रहे आ उहदा मतलब नहीं अज दुल्लो साहब नूं इह गल्लां करन दी जरूरत पै रही है तां उहनां दे परिवार बारे कुछ क्यों नहीं बोल पा रहे ओह कह रहे उहनां दी सोच है नहीं नहीं वो तो गल देखो एक गल तो यह है कि उन्होंने डिफेंस तो ठीक दिता है यह जी गल कोई नहीं है शत्रुघ्न सिन्हा कांग्रेस ज्वाइन कर गया उन्होंने वाइफ जी वो समाजवादी पार्टी ज्वाइन कर गई तो डिफेंस उन्होंने भी किया कैप्टन अमरिंदर सिंह के भरा ने ज्वाइन कर लिया नहीं नहीं वो ठीक है गल्ला मैं ये कहना कि मेरा ख्याल है कि यह गल कोई बहुत कंटेंशन की नहीं है कि मेरा भा भरा ज मेरा मुंडा ज मेरी पत्नी वो कि पार्टी ज्वाइन करते उन्होंने आजादी होनी चाहिए है ये कोई कोई साड़ी वो अपनी प्राइवेट प्रॉपर्टी नहीं है रादर ए लिबर्टी होनी चाहिए है ये कोई वो नहीं सवाल जोड़ा असली संकट आ कि जे आने वाले समय च पार्टियां इंज ही चल दया रही भावें वह कांग्रेस है भावें कोई होर पार्टी होर होगा की कि आम वर्सिज लोग जिन्नी पोलीटल पार्टियां दियाँ कोटियां उन्होंने विरुद्ध आने वाले समय से देखो पत्तर दसा साल एक, एक लीक खिंच के लड़ाई होया करूगी और मेरा ख्याल है कि जी अज की इन्ह वालों ये आवाज़ उठाई है दूलों वालों वो उन्होंने जिस तरीके उठाई है जिस शब्दावली उठाई है वो यो आवाज़ हैगी ठीक है तारनी साहब ये दलित सियासत का मुद्दा हैगा या दूलो परिवार की निजी सियासत का मुद्दा हैगा जां असल विच कैप्टन अमरिंदर सिंह ते दूलो दी लड़ाई दा नतीजा हैगा नहीं नहीं देखो इस तरह की कोई गल नहीं हैगी एक गल बिल्कुल क्लीयर हैगी है कि अज तक जिहड़ी कांग्रेस हैगी है वह दलित कार्ड खेड के जदों तक BSP अलग नहीं हुई हैगी उदों तक दलितां दा कार्ड खेल के ही जिहड़ी हैगी है सत्ता दे विच आउंदी रही हैगी है पर मेरा क्वेश्चन फिर उत्थी दा उत्थी खड़ा हैगा जिहड़ा किंगरा साहब ने कोई जवाब नहीं दिता हैगा कि वह की हैगा मैं दूजा क्वेश्चन इन्हों ये करदा कि उन्होंने स्पष्ट शब्दों के विच कहा कि पंजाब दे विच जिहड़े माफिया हैगे आ चाहे वह रेत बजरी माफिया हैगा चाहे वह ड्रग माफिया हैगा
जिन्हों इन्होंने कैप्टन साहब ने बंद करने की गल करी सी वो अज भी जिहड़ा हैगा इस सत्ता दे उत्ते भारू हैगा वो जिहड़े हैगे लोग इस उहदे विच राज कर रहे हैगे आ ते सानू गरीब और दलतां नू जिहड़ा हैगा तुसीं आपदे तो माफिया शब्द लाउणा चाहुंदे हो वार वार तुसीं इह सवाल लैके आ रहे नहीं 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 तुसीं तुसीं सी तुसीं उह सवाल नू वरतदे पे हो ना गल सुणो सानू इह कहिंदे सी असीं कहिंदे आ वी साडे ते इन्हां ने इक इह एलीगेशन लाया इह पर एलीगेशन साडे ते तां साबित नहीं होया इन्हां दे पंजाब दे कांग्रेस दे प्रधान पंजाब दे मंत्री पंजाब दे राज्यसभा दे मैंबर पंजाब दे मैंबर पार्लीमेंट वो तो पहला बाजवा साहब या धमान साहब ला लो या जीरा साहब ला लो सारिया ने एलीगेशन लाते इहदा मतलब यह हैगा कि पहला भी कांग्रेस ही जिहड़ा है माफिया चलाउंदी सी अज भी कांग्रेस ही माफिया चला केपी सिंह जी यही गल जिहड़ी मैं कह रहा सी आ क्राइसिस यही आउणा अल्टीमेटली जदों सारे लीडर उस हमाम च इक्को जिहे हो जाणगे ते जिहड़े चंगे पार्टियां दे अंदर वर्कर ते जनता जनरदन उह किथे जाऊगी किंगरा साहब इस वाला जवाब है कोई धारनी साहब बार बार सवाल पुछदे पे जवाब देना दे दो दुल्लो साहब का इशारा भी उधर होना है जो अंग्रेजा जनरल डायर डिनर डुनर देंदे रहे बंदे माफिया च भी रहे है सारा कुछ जिहड़ा ओह राज भी करदे रहे आ इशारा उधरले पासे भी होणा है साहब इह सारा वेखण वालियां गल्लां तुसीं जाण के अलझाउण दी गल कर रहे हो और जे तुहाडे कोल नहीं जवाब तुसीं सरेंडर कर दिओ जे तुहानूं गल कोई क्लीयर नहीं पता लगदी तां दुल्लो साहब दी जिहड़ी प्रैस कॉन्फ्रेंस है दो तीन वारी देख लो अनपढ़ बंदे नूं समझ आ जू दुल्लो साहब दा इशारा की है फिर तुहानूं क्यों नहीं समझ आई भी कौन है लाल सिंह जी नूं स्क्रिप्ट लिखा रहे तुहानूं क्यों नहीं समझ आई फिर तुसीं जवाब दे तुसीं दूजे नूं सवाल करी जांदे हो मैं तां दुल्लो साहब मैं इक होर क्वेश्चन करदा जी मैं लाल सिंह तारी साहब तुहाडे सवाल लैणे मैं तां दुल्लो साहब नूं इक बेनती करूंगा भी जदों लस्सी मंगणी गए हो तां कुजा खड़काउंदे तां जांदे ਉਹਨੂੰ ਲਕੋਈ ਕਿਉਂ ਫਿਰਦੇ ਹੋ ਸਿੰਘ ਜੀ ਇਹ ਵਾਰ ਵਾਰ ਕੋਈ ਕਿਹੜੀ ਗੱਲ ਮਜਬੂਰੀ ਸੀ ਕਿ ਤੁਸੀਂ ਬੋਲ ਨਹੀਂ ਸਕੇ ਸਾਨੂੰ ਬੁਝਾਰਤਾ ਪਾਉਣਾ ਤੇ ਸਾਨੂੰ ਕਿੰਗਰਾ ਸਾਹਿਬ ਕੁੱਜਾ ਲਗਾਉਣ ਦੀ ਗੱਲ ਕਰਦੇ ਆ ਇਹ ਮਾਫੀਆ ਕੌਣ ਲਗੋ ਰਿਹਾ ਦੇਖੋ ਇਹਨੂੰ ਕੇਪੀ ਜੀ ਭਾਵੇਂ ਤੁਸੀਂ ਮਾਫੀਆ ਕਹ ਲਓ ਵੈਸੇ ਮੈਂ ਇਹਨੂੰ ਇਨਵੈਸਟਰ ਕਹਿੰਦਾ ਆ ਮੈਂ ਤਾਂ ਇਹ ਕਹੂੰਗਾ ਦੇਖੋ ਦੁੱਲੋ ਸਾਹਿਬ ਦੀ ਗੱਲ ਠੀਕ ਹੈ ਉਹਦੇ 'ਚ ਕਈ ਗੱਲਾਂ ਉਹਨਾਂ 'ਤੇ ਕੁਐਸਚਨ ਉੱਠਦੇ ਨੇ ਆਮ ਆਦਮੀ ਪਾਰਟੀ ਦੇ ਵੀ ਕੁਐਸਚਨ ਉੱਠਦੇ ਨੇ ਵੀ ਫਤਿਹਗੜ੍ਹ ਸਾਹਿਬ 'ਚ ਪਿਛਲੇ 15 ਦਿਨਾਂ 'ਚ ਉਹਨਾਂ ਨੇ 3 ਕੈਂਡੀਡੇਟ ਬਦਲਤੇ ਮਤਲਬ ਕੀ ਇਹ ਸਿਆਸਤ ਹੈ ਪਹਿਲਾਂ ਆਪਣੇ ਲੀਡਰ ਨੂੰ ਲਾਇਆ ਫਿਰ ਦੁੱਲੋ ਸਾਹਿਬ ਦੀ ਪਤਨੀ ਨੂੰ ਲਾਇਆ ਸੋ ਮੇਰਾ ਸਵਾਲ ਇਹ ਹੈ ਕਿ ਵੀ ਜੀ ਪੰਜਾਬ 'ਚ ਪ੍ਰੋਬਲਮ ਕੀ ਹੈ ਬੇਰੁਜ਼ਗਾਰੀ ਲੱਖਾਂ ਮੁੰਡੇ ਬੇਰੁਜ਼ਗਾਰ ਨੇ ਲੱਖਾਂ ਕਿਸਾਨ ਜਿਹੜੇ ਨੇ ਕਰਜ਼ੇ 'ਚ ਡੁੱਬੇ ਨੇ ਖੁਦਕੁਸ਼ੀਆਂ ਕਰ ਰਹੇ ਨੇ ਮੁਲਾਜ਼ਮਾਂ ਨੂੰ ਅੱਧੀਆਂ ਤਨਖਾਹਾਂ 'ਤੇ ਰੱਖਿਆ ਜਾ ਰਿਹਾ ਜਿਹੜੇ ਰਿਟਾਇਰੀ ਨੇ ਉਹਨਾਂ ਨੂੰ ਸਾਲ ਸਾਲ ਉਹਨਾਂ ਨੇ ਫਾਈਨਲ ਪੇਮੈਂਟਾਂ ਨਹੀਂ ਕੀਤੀਆਂ ਜਾਂਦੀਆਂ ਇਦਾਂ ਦੇ ਮੁੱਦੇ ਨੇ ਜੇ ਇਹ ਮੁੱਦੇ ਦੂਰ ਕਰਨ ਲਈ ਪੰਜਾਬ ਵਿਧਾਨ ਸਭਾ 'ਚ ਜਾਂ ਪਾਰਲੀਮੈਂਟ 'ਚ ਐਮ ਪੀ ਜਾਂ ਐਮ ਐਲ ਏ ਜਿਹੜੇ ਨੇ ਉਹ ਸ਼ਰਾਬ ਦੇ ਠੇਕੇਦਾਰ ਹੀ ਹੋਣਗੇ ਰੇਤਾ ਦੇ ਠੇਕੇਦਾਰ ਹੀ ਹੋਣਗੇ ਟਰਾਂਸਪੋਰਟਰ ਹੀ ਹੋਣਗੇ ਹੋਟਲਾਂ ਦੇ ਮਾਲਕ ਹੀ ਹੋਣਗੇ ਕੇਬਲ ਦੇ ਮਾਲਕ ਹੀ ਹੋਣਗੇ ਜਾਂ ਢਨਾੜ ਹੀ ਹੋਣਗੇ ਤੁਸੀਂ ਦੱਸੋ ਵੀ ਉਹ ਸੇਵਾ ਲਈ ਆਏ ਨੇ ਜਾਂ ਇਨਵੈਸਟਮੈਂਟ ਕਰਕੇ ਵਪਾਰ ਕਰਨ ਲਈ ਆਏ ਨੇ ਜਾਂ ਆਪਣਾ ਸ਼ੌਂਕ ਪਾਲਣ ਆਏ ਨੇ ਮੈਂ ਐਗਜ਼ੈਂਪਲ ਦਿੰਦਾ ਹਾਂ ਸੰਨੀ ਦਿਓਲ ਤੁਸੀਂ ਦੱਸੋ ਮੈਨੂੰ ਹੋਰ ਮੈਂ ਨਾਂ ਬੜੇ ਲੈ ਦਿੰਦਾ ਇੱਕ ਐਗਜ਼ੈਂਪਲ ਹੈ ਸੰਨੀ ਦਿਓਲ ਨੂੰ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਤੋਂ ਟਿਕਟ ਦਿੱਤੀ ਆ ਸਿਰਫ ਇਸੇ ਕਰਕੇ ਦਿੱਤੀ ਹੈ ਵੀ ਇੱਕ ਨੰਬਰ ਸਾਡਾ ਸ਼ਾਇਦ ਸੰਨੀ ਦਿਓਲ ਨਾਲ ਪਾਰਲੀਮੈਂਟ 'ਚ ਵੱਧ ਜੇ ਜੇ ਉਹ ਜਿੱਤ ਗਿਆ ਮੈਂ ਕਹੂੰ ਪੰਜਾਬ ਹਾਰ ਜਾਏਗਾ ਸੰਨੀ ਦਿਓਲ ਬਹੁਤ ਵਧੀਆ ਐਕਟਰ ਆ ਬਹੁਤ ਚੰਗਾ ਉਹਦੇ 'ਤੇ ਮਾਣ ਮਹਿਸੂਸ ਹੁੰਦਾ ਸਾਨੂੰ ਪਰ ਇੱਕ ਸੰਸਦ ਮੈਂਬਰ ਦੱਸੋ ਕਿਵੇਂ ਬੈਟਰ ਹੋ ਸਕਦਾ ਸੋ ਜਦੋਂ ਸਿਆਸਤ 'ਚ ਸ਼ੌਕੀਨ ਆ ਜਾਣਗੇ ਉਹਨਾਂ ਨੇ ਹੋਊ ਮੈਂ ਪਾਰਲੀਮੈਂਟ 'ਚ 5 ਸਾਲ ਬਹਿਣ ਦਾ ਸਵਾਦ ਲੈਣਾ ਹੈ ਜਾਂ 5 ਸਾਲ ਮੈਂ ਵਿਧਾਨ ਸਭਾ 'ਚ ਬਹਿਣ ਦਾ ਨਜ਼ਾਰਾ ਲੁੱਟਣਾ ਆ ਅਤੇ ਜਦੋਂ ਉਹ ਨਜ਼ਾਰੇ ਲੁੱਟਣ ਵਾਲੇ ਲੋਕ ਵਿਧਾਨ ਸਭਾ 'ਚ ਪਾਰਲੀਮੈਂਟ 'ਚ ਬੈਠਣਗੇ ਤਾਂ ਪੰਜਾਬ 'ਚ ਬੇਰੁਜ਼ਗਾਰੀ ਕੌਣ ਦੂਰ ਕਰੂਗਾ ਕਿਸਾਨਾਂ ਦੀਆਂ ਦੁੱਖ ਦੀਆਂ ਜਿਹੜੀਆਂ ਆ ਪ੍ਰੋਫੈਸਰ ਸਾਹਿਬ ਨੇ ਦੱਸਿਆ ਕੋਈ ਜਵਾਬ ਦੇਵੇ ਉਹਨਾਂ ਨੂੰ ਜਿਹੜੀਆਂ ਸਿਰ 'ਤੇ ਚਿੱਟੀਆਂ ਚੁੰਨੀਆਂ ਲੈ ਕੇ ਆਈਆਂ ਨੇ ਅਤੇ ਉਹਨਾਂ ਨੇ ਕੁੱਜਾ ਫੜਿਆ ਵੀ ਇਹਦੇ 'ਚ 5-5 ਰੁਪਏ ਪਾਓ ਅਸੀਂ
ਸਿਕਿਉਰਿਟੀ ਭਰ ਕੇ ਤੇ ਇਲੈਕਸ਼ਨ ਲੜਨੀ ਹੈ, ਵੋਟਾਂ ਮੰਗਣੀਆਂ ਨੇ, ਬਹੁਤ ਵੱਡੀ ਚਪੇੜ ਆ। ਸੋ ਮੇਰਾ ਮਤਲਬ ਇਹ ਹੈ ਵੀ ਦੁੱਲੋ ਸਾਹਿਬ ਨੇ ਭਾਵੇਂ ਆਪਣੇ ਸਵਾਰਥ ਲਈ ਗੱਲ ਕੀਤੀ ਹੋਵੇ, ਜਿੰਨਾ ਚਿਰ ਸਿਆਸਤ ਵਿੱਚੋਂ ਇਨਵੈਸਟਰ ਖਤਮ ਨਹੀਂ ਹੋਣਗੇ ਉਹਨਾਂ ਚਿਰ ਕੇਪੀ ਜੀ ਸਾਨੂੰ ਇਦਾਂ ਦੀਆਂ ਦੁੱਖ ਭਰੀਆਂ ਡਿਬੇਟ ਕਰਨੀਆਂ ਪੈਣਗੀਆਂ। ਪਰ ਪੰਜਾਬ ਦਾ ਦੇਸ਼ ਦਾ ਦਿਨ ਭਲਾ ਨਹੀਂ ਹੋ ਸਕਦਾ। ਸਿਆਸਤ ਕਾਰੋਬਾਰ ਬਣ ਚੁੱਕੀ ਹੈ। ਹਾਂ, ਕਾਰੋਬਾਰ ਬਣ ਚੁੱਕਾ। ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਕਿੱਥੋਂ ਸ਼ੁਰੂ ਹੋਇਆ ਸੀ, ਕਿੱਥੇ ਜਾ ਕੇ ਮੁੱਕਦਾ ਜਾ ਰਿਹਾ ਹੈ? ਕਿਆ ਇਹ ਸਵਾਲ ਮੁੱਕਦਾ ਨਹੀਂ ਪਿਆ? ਇਹ ਸਵਾਲ ਬਹੁਤ ਵੱਡੀ ਚੁਣੌਤੀ ਹੈ ਸਾਡੇ ਅੱਗੇ। ਇਹ ਸਵਾਲ ਬਹੁਤ ਵੱਡੀ ਚੁਣੌਤੀ ਹੈ। ਜਦੋਂ ਸ਼ੌਕੀਨ ਹੈ ਸਿਆਸਤ ਦੇ ਵਿੱਚ ਆਉਣ ਲੱਗਣਗੇ ਤਾਂ ਫਿਰ ਇਹੋ ਜਿਹੇ ਸਵਾਲ ਪੁੱਛੇ ਜਾਣਗੇ, ਅਤੇ ਦਲਿਤ ਦੱਬੇ ਕੁਚਲੇ ਲੋਕ ਹੈ ਜਿਹੜੇ ਉਹ ਕੀ ਕਰਨਗੇ, ਮਜ਼ਦੂਰ ਕਿਸਾਨ, ਖੇਤ ਮਜ਼ਦੂਰ ਕਿਸਾਨ ਉਹ ਕੀ ਕਰਨਗੇ, ਬੇਰੁਜ਼ਗਾਰ ਜਵਾਨੀ ਉਹ ਕੀ ਕਰੇਗੀ, ਨਸ਼ਿਆਂ ਵੱਲ ਜਾਂਦੀ ਜਵਾਨੀ ਕੀ ਕਰੇਗੀ? ਇਹੋ ਜਿਹੇ ਸਾਰੇ ਸਵਾਲ ਹੈਗੇ ਆ। ਜਦੋਂ ਸਿਆਸਤ ਆਪਣੇ ਰੁਜ਼ਗਾਰ ਲਈ ਲੜਦੀ ਹੋਵੇ ਫਿਰ ਨੌਜਵਾਨਾਂ ਦੇ ਰੁਜ਼ਗਾਰ ਬਾਰੇ ਸਿਆਸਤ ਕਿਵੇਂ ਸੋਚੇਗੀ? ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਪੁੱਛ ਰਹੇ, ਸ਼ਮਸ਼ੇਰ ਸਿੰਘ ਦੂਲੋ ਨੇ ਲਾਲ ਸਿੰਘ ਦੇ ਬਹਾਨੇ ਕਿਹੜੇ ਯਾਰ 'ਤੇ ਕੀਤੇ ਸਿਆਸੀ ਵਾਰ? ਤਲੋ ਸਿੰਘ ਜੀ, ਜਿਹੜਾ ਸਵਾਲ ਤੁਸੀਂ ਛੱਡਿਆ ਸੀਗਾ, ਮੈਂ ਉਸੇ ਸਵਾਲ 'ਤੇ ਆ ਰਿਹਾ। ਜਦੋਂ ਸਿਆਸਤ ਨੂੰ ਆਪਦੇ ਰੁਜ਼ਗਾਰ ਤੋਂ ਵਿਹਲ ਹੀ ਨਾ ਮਿਲਦੀ ਹੋਵੇ ਤਾਂ ਉਦੋਂ ਫਿਰ ਨੌਜਵਾਨਾਂ ਦੇ ਰੁਜ਼ਗਾਰ ਬਾਰੇ ਸਿਆਸਤ ਸੋਚੂ ਕਿਵੇਂ? ਹਰ ਘਰ 'ਚ ਟਿਕਟਾਂ ਚਾਹੀਦੀਆਂ, ਪਰਿਵਾਰਵਾਦ ਆ ਉਹ ਭਾਰੂ ਹੋ ਰਿਹਾ, ਫਿਰ ਸਿਆਸਤਦਾਨ ਜਵਾਬ ਦਿੰਦੇ ਆ ਕਿ ਡਾਕਟਰ ਦਾ ਮੁੰਡਾ ਡਾਕਟਰ ਬਣ ਸਕਦਾ, ਸਾਡਾ ਮੁੰਡਾ ਸਿਆਸਤਦਾਨ ਕਿਉਂ ਨਹੀਂ ਬਣ ਸਕਦਾ? ਇਹੋ ਜਿਹੇ ਸਵਾਲ ਜਦੋਂ ਆਉਣ ਤਾਂ ਫਿਰ ਇਹਨਾਂ ਦੀ ਨੈਤਿਕਤਾ 'ਤੇ ਵੀ ਸਵਾਲ ਉੱਠਦੇ ਆ। ਤਰੁਣ ਸਿੰਘ, ਦੇਖੋ ਫਿਰ ਗੱਲ ਕਰਨੀ ਪਊਗੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਪਹਿਲੋਂ ਰਹਿ ਚੁੱਕੀ ਆ ਸੈਂਟਰ 'ਚ ਮੰਤਰੀ ਅਤੇ ਵਿਦੇਸ਼ ਰਾਜ ਮੰਤਰੀ ਐਮ ਪੀ ਬਣੇ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ, ਫਿਰੋਜ਼ਪੁਰ 'ਚੋਂ ਇਲੈਕਸ਼ਨ ਲੜਨਗੇ ਅਤੇ ਉਹਨਾਂ ਦੀ ਧਰਮ ਪਤਨੀ ਬਠਿੰਡੇ ਤੋਂ ਇਲੈਕਸ਼ਨ ਲੜੂਗੀ। ਹੋ ਗਈ ਗੱਲ। ਇੱਕ ਹੋਰ ਐਗਜੈਂਪਲ ਹੈ ਕੇ ਪੀ ਜੀ, ਇਹ ਸਾਰੇ ਕਹਿੰਦੇ ਨੇ ਆਮ ਆਦਮੀ ਪਾਰਟੀ, ਅਕਾਲੀ ਦਲ, ਬੀ ਜੇ ਪੀ, ਕਾਂਗਰਸ, ਜਦੋਂ ਦਲਿਤਾਂ ਦੀਆਂ ਵੋਟਾਂ ਲੁੱਟਣੀਆਂ ਹੁੰਦੀਆਂ, ਦਲਿਤਾਂ ਦਾ ਬਹੁਤ ਦਰਦ ਆ, ਫਲਾਣਾ ਦਲਿਤਾਂ ਦਾ ਦੁਖੀ ਹੈ, ਫਤਿਹਗੜ੍ਹ ਸਾਹਿਬ ਦੀ ਜਿਹੜੀ ਸੀਟ ਹੈ ਐਗਜੈਂਪਲ ਹੈ ਦਲਿਤਾਂ ਦਾ ਕਿੰਨਾ ਵੱਡਾ ਮਜ਼ਾਕ ਕਰਦੀਆਂ ਨੇ ਪਾਰਟੀਆਂ। ਕਾਂਗਰਸ ਵੱਲੋਂ ਦਰਬਾਰਾ ਸਿੰਘ ਗੁਰੂ, ਐਕਸ ਆਈ ਏ ਆਈ ਐੱਸ ਅਫਸਰ, ਤੁਸੀਂ ਦੱਸੋ ਦਲਿਤ ਤਾਂ ਉਹ ਹੈਗੇ ਨੇ ਪਰ ਗਰੀਬੀ ਨਾਲ ਦਰਬਾਰਾ ਸਿੰਘ ਗੁਰੂ ਦਾ ਕੀ ਸੰਬੰਧ ਹੈ? ਸੋਰੀ, ਅਕਾਲੀ ਦਲ ਦੇ ਕੈਂਡੀਡੇਟ ਨੇ। ਦੂਜੇ ਪਾਸੇ ਆ ਗਏ ਡਾਕਟਰ ਅਮਰ ਸਿੰਘ, ਉਹ ਵੀ ਆਈ ਐੱਸ ਰਿਟਾਇਰਡ ਨੇ। ਤੁਸੀਂ ਦੱਸੋ ਅਮਰ ਸਿੰਘ ਅਤੇ ਦਰਬਾਰਾ ਸਿੰਘ ਗੁਰੂ ਦਾ ਗਰੀਬੀ ਨਾਲ ਕਿਤੇ ਦੂਰ ਦਾ ਵਾਸਤਾ ਵੀ ਹੈਗਾ? ਆਈ ਐੱਸ ਅਫਸਰ ਅੱਜ ਦੇ ਮਹਾਰਾਜੇ ਨੇ। ਆਈ ਐੱਸ ਅਫਸਰ ਜਦੋਂ ਆਪਣੇ ਘਰੋਂ ਨਿਕਲਦਾ ਨਹੀਂ ਗਾ, ਉਹਦੇ ਵਿਹੜੇ 'ਚ ਕਾਰ ਖੜ੍ਹੀ ਹੁੰਦੀ ਹੈ, ਗੇਟ ਖੁੱਲ੍ਹਦਾ, ਗੱਡੀ 'ਚ ਬੈਠਦਾ, ਸੈਕਟਰੀਏਟ ਜਾਂ ਆਪਣੇ ਦਫ਼ਤਰ ਜਾਂਦਾ, ਗੇਟ ਖੁੱਲ੍ਹਦਾ, ਲਿਫਟ ਖੁੱਲ੍ਹਦੀ ਹੈ, ਅੰਦਰ ਬੈਠਦਾ, ਚਾਰ ਚਪੜਾਸੀ ਉਹਦੇ ਆਲੇ ਦੁਆਲੇ ਸਿਰ 'ਤੇ ਖੜ੍ਹੇ ਹੁੰਦੇ ਅਤੇ 20 ਉਹਦੇ ਨਾਲ ਸਿਕਿਉਰਿਟੀ ਵਾਲੇ ਹੁੰਦੇ ਆ। ਮਤਲਬ ਵੀ ਉਹਨੂੰ ਪੈਨ ਚੱਕਣ ਲਈ ਵੀ ਬੰਦਾ ਮਿਲਦਾ ਹੈ, ਠੀਕ ਹੈ ਜੀ, ਪਾਣੀ ਪਿਲਾਉਣ 'ਤੇ ਦੂਰ ਦੀ ਗੱਲ। ਇਹ ਦੱਸੋ ਤੁਸੀਂ ਵੀ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੂੰ ਪੰਜਾਬ 'ਚੋਂ ਕੋਈ ਗਰੀਬ ਗੁਰਬਾ ਦਲਿਤ ਹੀ ਨਹੀਂ ਮਿਲਿਆ? ਪੰਜਾਬ ਦੇ ਸਾਰੇ ਜਿਹੜੇ ਦਲਿਤ ਨੇ, ਫਤਿਹਗੜ੍ਹ ਸਾਹਿਬ 'ਤੇ ਆਪਾਂ ਗੱਲ ਕਰ ਲਈਏ, ਉਹ ਗੁਰੂ ਸਾਹਿਬ ਅਤੇ ਅਮਰ ਸਿੰਘ ਤੋਂ ਅਮੀਰ ਨੇ। ਜੇ ਅਮੀਰ ਨੇ, ਇਹਨਾਂ ਦੀਆਂ ਨਜ਼ਰਾਂ ਮੁਤਾਬਕ ਅਮੀਰ ਨੇ, ਤਾਂ ਫਿਰ ਰੱਬ ਹੀ ਇਹਨਾਂ 'ਤੇ ਰਹਿਮ ਕਰੇ। ਸੋ ਇਹ ਐਗਜੈਂਪਲਾਂ ਨੇ, ਇਹ ਆਪਣੀਆਂ ਜਿਹੜੀਆਂ ਨੇ ਕੀ ਕਹਿੰਦੇ ਹੁੰਦੇ ਆ, ਨੰਬਰੀ ਗੇਮ ਖੇਡਦੀਆਂ ਨੇ। ਇਹਨਾਂ ਨੂੰ ਗਰੀਬਾਂ ਦਾ, ਇਹਨਾਂ ਨੂੰ ਆਮ ਲੋਕਾਂ ਦਾ ਕੋਈ ਦੁੱਖ ਦਰਦ ਨਹੀਂ। ਪਾਰਟੀ ਦਾ ਵੀ ਨਾਂ ਲੈ ਦੇਣਾ ਸੀ ਬੀਜੇਪੀ ਦਾ, ਹੁਸ਼ਿਆਰਪੁਰ ਦੇ ਵਿੱਚ ਸੋਮ ਪ੍ਰਕਾਸ਼ ਆਈਏਐਸ, ਬਿਲਕੁਲ, ਤੇ ਗਊ ਹੱਤਿਆ ਕਰ ਦਿੱਤੀ ਸਿੰਪਲੇ ਦੀ, ਉਹ ਵਿਚਾਰਾ ਪਿੱਟਿਆ। ਮੈਂ ਜਿਹੜਾ ਸਵਾਲ ਸ਼ੁਰੂ ਤੋਂ ਕੀਤਾ ਸੀਗਾ, ਉਹ ਸਵਾਲ ਚੌਥੇ ਸੈਗਮੈਂਟ ਦੇ ਆ ਕੇ ਵਿੱਚ ਫੋਕਸ ਹੋ ਕੇ ਰਹਿ ਗਿਆ ਕਿ ਦਲਿਤ ਆ, ਦਲਿਤ ਦੀ ਸਿਆਸਤ ਉੱਪਰ ਉੱਠ ਕੇ ਆ ਗਈ ਹੈ, ਅਤੇ ਸ਼ਮਸ਼ੇਰ ਸਿੰਘ ਦੁੱਲੋ ਚਾਹੁੰਦੇ ਵੀ ਇਹੀ ਸੀ। ਅਦਾਕਾਰੀ ਤੇ ਪੇਸ਼ਕਾਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹ ਸਹੀ ਕਹਿ ਰਹੇ ਕਿ ਮੈਂ ਉਹਨਾਂ ਲੋਕਾਂ ਨਾਲ ਖੜਾ ਜਿਹੜੇ ਦੱਬੇ ਕੁਚਲੇ ਆ, ਔਰ ਜਿਹੜੇ ਵਰਕਰ ਆ, ਕਾਂਗਰਸ ਦੀਆਂ ਪੁਰਾਣੇ ਇਤਿਹਾਸ ਦਾ ਸਾਰਾ ਵੇਰਵਾ ਪਾ ਕੇ ਤੇ ਇੱਥੇ ਬੇਕਦਰੀ ਹੋ ਰਹੀ ਆ, ਤੇ ਰਾਜਿਆਂ ਦਾ ਰਾਜ ਆ, ਡੈਮੋਕ੍ਰੇਸੀ ਨਾਂ ਦੀ ਆ, ਮਹਾਰਾਜਾ ਕਹਿੰਦੇ ਆ, ਇਹ ਚਾਪਲੂਸੀ, ਸਾਰੀ ਗੱਲ ਉਹਨਾਂ ਨੇ ਵਾਰ ਵਾਰ ਆ ਤੁਸੀਂ ਜਿਹੜੀ ਜਿਸ ਤਰ੍ਹਾਂ ਸ਼ੋਅ ਕੀਤੀ ਉਹਨਾਂ ਨੇ ਗੱਲ ਕਹੀ ਹੈ। ਸਵਾਲ ਇਹ ਹੈ ਕਿ ਕੀ ਇਹ ਜਿਹੜੇ ਰਿਜ਼ਰਵੇਸ਼ਨ ਰਾਹੀਂ ਆਏ, ਮੇਰਾ ਅਗਲਾ ਸਵਾਲ ਆ, ਕੀ ਇਹਨਾਂ ਨੇ ਉਹੋ ਹੀ ਜੋ ਥੱਲੇ ਭਾਵੇਂ ਵਰਕਰ ਆਈ ਹੈ, ਸਾਨੂੰ ਕੱਢ ਲਓ ਬਾਹਰ, ਕੱਢ ਲਓ ਜਿਹੜੇ ਬਿਊਰੋਕਰੇਸੀ ਤੋਂ ਉੱਪਰੋਂ ਰੱਖੇ ਜਾਂਦੇ ਆ, ਉਹਨਾਂ ਨੇ ਕੀ ਉਹੋ ਜਿਹੀ ਛਵੀ ਬਣਾ ਕੇ ਉਹਨਾਂ 'ਚ ਰੱਖੀ ਹੈ? ਨਹੀਂ। ਜੇ ਉਹ ਅੱਜ ਹੁੰਦੀ ਤਾਂ ਸ਼ਾਇਦ ਦਲਿਤਾਂ ਦੀ ਉਹ ਮੰਦਹਾਲੀ ਨਹੀਂ ਹੁੰਦੀ ਜੋ ਅੱਜ ਹੈ।
किसानों की तो फिर भी कोई गल करता, चार सियाड़ है उन्होंने को, चार जमीन आ, फिर भी चलो एक रुतबा भी हैगा आ, बाहर चले जाएंगे, बच्चे बाहर भेज देंगे, पर जो हालत पंजाब के दलित की है वो ना को बिल्कुल बर्दाश्त नहीं की जा सकती, देखी नहीं जा सकती। उन्होंने गिनती भी सारे हिंदुस्तान तो ज़्यादा आ, कल्ले रूरल एरिया 35-36% होने हैं। इस करके ये रिप्रेजेंट तो ठीक कर रहे, वास्ते तो ठीक पा रहे, पर इन्ने लंबे समय कांग्रेस रह के उन्होंने केड़ी एड्डी तगड़ी लॉबी तैयार की, केड़ी उन्होंने राजनीतिक सत्ता बनाई, अपने लिए तो करते रहे कि सानू नहीं मिले, तो हूँ तो फिर नहीं मिले तो फिर रौला पा लिया, पर उन्होंने सशक्त किसी ने नहीं किया, इनकलूडिंग BSP ने भी नहीं किया। BSP जाके जिते कामयाब हो गई हो गई, इतने वो भी उस मसले के उत्ते बिल्कुल हारे। हरदीप सिंह गंगरा, तो दलित पिछड़ा वर्ग का जो इशू हैगा ये बहुत वड्डा तुहाडे लई सैटबैक बनन वाला। देखो लोक सभा चुनाव KP तुसीं इतिहास दे विच जाके वेखो कि इस देश दे विच आजादी तो पहला मैं नहीं कहिंदा कि होर लोग नहीं सीगे, मैं नहीं कहिंदा कि किसी की कंट्रीब्यूशन नहीं सी, पर जिहड़ी पार्टी उस वेले डोमीनेटिंग सी उहनूं कांग्रेस पार्टी कहिंदे सी, उह डोमीनेटिंग पार्टी सी साडी कंस्टीट्यूएंट असैंबली दे विच, उसे कंस्टीट्यूएंट असैंबली दे विच जिथे डोमीनेशन सी कांग्रेस की, एक दलित वर्ग के बंदे नूं उहदा सैकटरी बनाया गया ड्राफ्टिंग कमेटी का, वह ड्राफ्टिंग जिहड़ी है उस कमेटी ने पास की, और उस ड्राफ्टिंग दे विच जे 17.5% या 5% रिजर्वेशन ना होंदी तां दलित ने किसी ना तो पार्लीमेंट बैठण देना सी ते ना ही कदे विधानसभा बैठण देना सी। हुण दलित बैठूगा भावें वह करोड़पति है भावें वह गरीब है, ये देण कांग्रेस पार्टी की है, वह कांग्रेस की सोच की है, महात्मा गांधी की सोच की है। तुसीं मन्नो चाहे ना मन्नो, इतिहास गवाह, कदे कमेंटरी पढ़ के देखियो इतिहास उहदे उत्ते कंस्टीट्यूशन दे उत्ते, तुहानूं उत्थे पता लगेगा किस तरह कांग्रेस दे लीडरां ने सपोर्ट कीता है कि रिजर्वेशन होनी चाहीदी है पार्लीमेंट दे विच वी ते विधानसभावां दे विच दलित प्रधानमंत्री बने, दलित प्रधानमंत्री इस करके दलित प्रधान जो हराया कि दलित प्रधानमंत्री बनया कांग्रेस दे रजीम दे विच, दलित प्रधान रहे है कांग्रेस दे प्रधानमंत्री, दलित प्रधान रहे है कांग्रेस दे, इंडियन नैशनल कांग्रेस दे प्रधान रहे है दलित, दलित प्रधानमंत्री ਉਹ ਦਲਿਤ ਪ੍ਰਧਾਨ ਮੰਤਰੀ। ਦੇਖੋ ਫਿਰ ਉਹੀ ਗੱਲ, ਦਲਿਤ ਪ੍ਰਧਾਨ ਮੰਤਰੀ, ਦਲਿਤ ਰਾਸ਼ਟਰਪਤੀ ਬਣਾਏ ਆ ਕਾਂਗਰਸ ਨੇ, ਬੈਕਵਰਡ ਕਲਾਸਾਂ ਰਾਸ਼ਟਰਪਤੀ ਬਣਾਈਆਂ ਕਾਂਗਰਸ ਨੇ, ਉਹ ਤੇ ਬੀਜੇਪੀ ਨੇ ਵੀ ਪਿੰਨੇ ਵੀ ਬਣਾਏ, ਮਾਲਕਾ ਤੇ ਬੀਜੇਪੀ ਨੇ ਹੁਣ ਬਣਾਇਆ, ਯਾਨੀ ਕਿ ਦਲਿਤ ਹੋਣ ਕਰਕੇ ਬਣਾਤਾ ਉਹਨਾਂ ਦੀ ਕਾਬਲੀਅਤ ਆ, ਉਹਦੇ ਪਿੱਛੇ ਛੁਪ ਗਈ। ਦੋ ਗੱਲਾਂ ਨਾ ਕਰੋ, ਮੈਂ ਦੇਖੋ ਕਿਸੇ ਦੀ ਦੇਖੋ ਜਦੋਂ ਤੁਸੀਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਹੋ, ਮੇਰੇ ਆਰਟੀਕਲ ਪੜ੍ਹਿਓ, ਮੈਂ ਰਿਜ਼ਰਵੇਸ਼ਨ ਬਾਰੇ ਲਿਖਦਾ ਕਿ ਮੈਡੀਕਲ ਕਾਲਜ ਐਡਮਿਸ਼ਨ ਦੇ ਉੱਤੇ ਜ਼ਰੂਰ ਰਿਜ਼ਰਵੇਸ਼ਨ ਹੈ, ਲੇਕਿਨ ਪਾਸ ਹੋਣ ਦੇ ਉੱਤੇ ਕੋਈ ਰਿਜ਼ਰਵੇਸ਼ਨ ਨਹੀਂ ਹੈ, ਜਿਹੜਾ 50% ਨੰਬਰ ਲੱਗੂਗਾ ਡਾਕਟਰ ਉਹੀ ਬਣੂਗਾ, ਜੇ ਕੋਈ ਦਲਿਤ 50% ਨੰਬਰ ਲੈਂਦਾ ਉਹ ਵੀ ਡਾਕਟਰ ਹੈ। ਨਹੀਂ ਸਰ, ਰਿਜ਼ਰਵੇਸ਼ਨ ਦੇ ਕਾਬਲੀਅਤ ਨੂੰ ਦੋ ਚੀਜ਼ਾਂ ਨੂੰ ਵੱਖ ਕਰਕੇ ਕਿਉਂ ਨਹੀਂ ਦੇਖਦੇ ਅਸੀਂ? ਬਿਲਕੁਲ ਹੈ ਹੀ ਨਹੀਂ ਹੈ, ਰਿਜ਼ਰਵੇਸ਼ਨ ਦਾ ਕਾਬਲੀਅਤ ਨਾਲ ਕੋਈ ਸੰਬੰਧ ਨਹੀਂ ਹੈ, ਇਹ ਸੋਸ਼ਲ ਈਵਲ ਨੂੰ ਖਤਮ ਕਰਨ ਵਾਸਤੇ ਰਿਜ਼ਰਵੇਸ਼ਨ ਹੈ, ਰਿਜ਼ਰਵੇਸ਼ਨ ਵਾਲੇ ਬੰਦੇ ਉਹਨਾਂ ਹੀ ਕਾਬਲ ਹੈ ਜਿੰਨੇ ਦੂਜੀਆਂ ਜਾਤੀਆਂ ਦੇ ਬੰਦੇ ਕਾਬਲ ਹੈ। ਮੈਂ ਆਪ ਦੇਖ ਦਾਂਗਾ, ਟੌਪ ਦੇ ਡਾਕਟਰ ਹੈ, ਟੌਪ ਦੇ ਬਿਊਰੋਕਰੇਟ ਮੈਂ ਦੇਖੇ ਦਲਿਤ ਵਰਗ ਨੂੰ ਬਿਲੋਂਗ ਕਰਦੇ। ਇਸ ਕਰਕੇ ਇਹ ਕਹਿ ਦੇਣਾ ਕਿ ਕਾਬਲੀਅਤ ਦੇ ਵਿੱਚ ਫਰਕ ਹੈ ਕੋਈ, ਇਹ ਬਹਾ ਬੇਵਕੂਫੀ ਹੈ ਔਰ ਸਰੇਆਰ ਬੇਇੱਜ਼ਤੀ ਹੈ ਇੱਕ ਵਰਗ ਦੀ। ਬਿਲਕੁਲ ਕਾਬਲੀਅਤ ਉੱਤੇ ਕਿਸੇ ਦੇ ਉੱਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਮੈਂ ਉਹਨਾਂ ਲੋਕਾਂ ਨੂੰ ਜਾਣਦਾ ਜਿਹੜੇ ਮਹਾ ਇੰਟੈਲੀਜੈਂਟ, ਬਹੁਤ ਵੱਡੇ ਸਰਜਨ ਨੇ, ਬਹੁਤ ਵੱਡੇ ਵੱਡੇ ਡਾਕਟਰ ਨੇ, ਬਹੁਤ ਵੱਡੇ ਵੱਡੇ ਬਿਊਰੋਕਰੇਟ ਨੇ, ਬਹੁਤ ਵੱਡੇ ਵੱਡੇ ਲਿਖਾਰੀ ਨੇ ਜਿਹੜੇ ਕਿ ਦਲਿਤ ਵਰਗ ਨੂੰ ਬਿਲੋਂਗ ਕਰਦੇ ਨੇ। ਤੋਂ ਬਿਨਾਂ ਹੋਰ ਕੋਈ ਕੈਂਡੀਡੇਟ ਹੈ ਨਹੀਂ ਸੀ ਫਰੀਦਕੋਟ ਤੁਹਾਡੇ ਕੋਲੇ? ਉਹ ਰਿਜ਼ਰਵ ਸੀਟੀ ਰਿਜ਼ਰਵ ਹੈ, ਅਸੀਂ ਕੀ ਕਰ ਸਕਦੇ? ਨਹੀਂ ਹੋਰ ਕੋਈ, ਉੱਥੇ ਲੀਡਰ ਨਹੀਂ ਪੈਦਾ ਕਰ ਸਕਦੇ। ਫਰੀਦਕੋਟੋ ਤੁਸੀਂ ਸਾਰਿਆਂ ਨੇ ਸਿਆਸਤ ਬਹੁਤ ਲੰਬੇ ਦੌਰ ਤੇ ਕੀਤੀ ਹੈ, ਫਰੀਦਕੋਟ ਦੀ ਸਿਆਸਤ ਨੇ ਬਹੁਤ ਕੁਝ ਦਿੱਤਾ ਕੰਗਰਾ ਸਾਹਿਬ, ਨਾ ਤੁਹਾਡੇ ਕੋਲੇ ਉੱਥੋਂ ਦਲਿਤ ਲੀਡਰ ਪੈਦਾ ਹੋਇਆ, ਨਾ ਅਕਾਲੀ ਦਲ ਕੋਲ ਦਲਿਤ ਲੀਡਰ ਪੈਦਾ ਹੋਇਆ, ਉਹਨਾਂ ਨੇ ਗੁਲਜ਼ਾਰ ਸਿੰਘ ਰਣੀਕਾ ਨੂੰ ਮਾਝੇ ਤੋਂ ਲਿਆ ਕੇ ਮਾਲਵੇ ਚ ਲਿਆਤਾ, ਤੁਹਾਡੇ ਕੋਲ ਦਲਿਤ ਲੀਡਰ ਨਹੀਂ ਪੈਦਾ ਹੋ ਸਕਿਆ ਇਹ ਜ਼ਿਕਰ। ਦੇਖੋ ਤੁਸੀਂ ਜਿਹੜੇ ਬੰਦੇ ਸੈਲੀਬ੍ਰਿਟੀ ਹੁੰਦੇ ਨਾ, ਉਹਨਾਂ ਦਾ ਕੋਈ ਇਲਾਕਾ ਨਹੀਂ ਹੁੰਦਾ, ਬਿਲਕੁਲ ਫਿਰ ਉਹੀ ਗੱਲ, BJP ਜਾਈ ਇਸ ਕਰਕੇ ਉਹਦਾ ਇਲਾਕਾ ਕੋਈ ਨੀਗਾ। ਕਾਂਗਰਸ ਪਾਰਟੀ ਦੇਖੋ, ਕਾਂਗਰਸ ਪਾਰਟੀ ਦੇ ਵਿੱਚ ਤਾਂ ਇਹੋ ਜਿਹੇ ਬੰਦੇ ਰਹੇ ਆ ਕਿ ਪੰਜਾਬ ਦੇ ਬੰਦਿਆਂ ਨੂੰ ਰਾਜਸਥਾਨ 'ਚ ਖੜੇ ਕਰਕੇ ਜਿਤਾ ਦਿੱਤਾ, ਗੱਲ ਹੀ ਕੋਈ ਨਹੀਂ। ਦਲਿਤਾਂ ਦੀ ਸਿਆਸਤ ਲਈ ਤੁਸੀਂ ਕੀ ਕੀਤਾ? ਦੇਖੋ, ਪਹਿਲੀ ਗੱਲ ਤਾਂ ਮੈਂ ਇੱਕੋ ਗੱਲ ਕਹਾਂ, ਪਹਿਲਾਂ ਇਹਨਾਂ ਦੀ ਗੱਲ ਦਾ ਥੋੜ੍ਹਾ ਜਵਾਬ ਦੇ ਦੇਵਾਂ। ਦੇਖੋ ਮੈਂ ਤਰਲੋਚਨ ਜੀ, ਇੱਕ ਗੱਲ 'ਤੇ ਬਿਲਕੁਲ ਕਲੀਅਰ ਹੈਗਾ ਕਿ ਜਿਹੜੀ ਚਾਹੇ ਕਾਂਗਰਸ ਨੇ ਖੜਾ ਕੀਤਾ ਆਪਣਾ ਕੈਂਡੀਡੇਟ, ਚਾਹੇ ਅਕਾਲੀ ਦਲ ਨੇ ਕੀਤਾ ਫਤਿਹਗੜ੍ਹ ਸਾਹਿਬ ਦੇ ਵਿੱਚ। ਦੇਖੋ, ਪਾਰਲੀਮੈਂਟ ਦੇ ਵਿੱਚ ਜਾਣ ਵਾਸਤੇ ਕਾਬਲ ਚਿਹਰਾ ਹੋਣਾ ਚਾਹੀਦਾ। ਵਟ ਇਜ਼ ਦਾ ਮੀਨਿੰਗ ਆਫ ਪਾਰਲੀਮੈਂਟ? ਵਟ ਇਜ਼ ਦਾ ਮੀਨਿੰਗ ਆਫ ਲੈਜਿਸਲੇਸ਼ਨ? ਅਸੀਂ ਲਾ ਨੂੰ ਤਾਂ ਭੁੱਲੇ ਗਏ, ਸਾਡੇ ਜਿੰਨੇ ਨੁਮਾਇੰਦੇ ਅਸੀਂ ਉਹੋ ਜਿਹੇ ਚੁਣਦੇ ਹਾਂ ਜਿਹੜੇ ਭੋਗਾਂ 'ਤੇ ਜਾਂਦੇ ਹਾਂ, ਵਿਆਹਾਂ 'ਤੇ ਜਾਂਦੇ ਹਾਂ, ਮਰਗਤਾਂ 'ਤੇ ਜਾਂਦੇ ਹਾਂ। ਸਾਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਲੈਜਿਸਲੇਸ਼ਨ ਕਿਹਨੇ ਬਣਾਉਣਾ ਹੈਗਾ, ਕੌਣ ਬਣਾਊਗਾ,
कि इन्हां तो वध काबल बंदा जिहड़ा हैगा चाहे अमर सिंह हैगा चाहे दरबारा सिंह गुरु हैगे आ तुसी काबिलियत दी गल ना करो ड्राइवर जिहड़े ने ओह पार्लीमेंट च आए ना अकाली दल ने ओह गलत गल है ओह गलत गल है अकाली दल ने ड्राइवर बनाए मेंबर पार्लीमेंट दे तुसी जिवें हुण मोहम्मद सदीक नूं लिया रहे आ जिवें तुसी सदीक इज अ पब्लिक फिगर दसो मोहम्मद सदीक नूं प्रेस वाले जिहड़े हैगे क्वेश्चन कर रहे सी एक भी क्वेश्चन ना ओह समझिया ना उहने जवाब दित्ता जिहड़ी इह साडी हालत और कांग्रेस दी हो चुकी है ਕਿ ਉਹ ਮੁਹੰਮਦ ਸਦੀਕ ਵਰਗਿਆਂ ਨੂੰ ਜਿਹੜਾ ਹੈਗਾ ਉੱਥੇ ਅਕਾਲੀ ਦਲ ਦਾ ਕੋਈ ਦਲਿਤ ਪ੍ਰਧਾਨ ਰਿਹਾ ਹਾਂਜੀ ਅਕਾਲੀ ਦਲ ਦਾ ਕੋਈ ਦਲਿਤ ਪ੍ਰਧਾਨ ਰਿਹਾ ਬਾਦਲ ਐਂਡ ਕੰਪਨੀ ਦਾ ਪ੍ਰਧਾਨ ਕਿਵੇਂ ਹੋ ਸਕਦਾ ਕੋਈ ਹੋਰ ਸ਼੍ਰੋਮਣੀ ਕਮੇਟੀ ਨੂੰ ਛੱਡ ਦੋ ਜਿਹੜਾ ਜਿਹੜਾ ਅਕਾਲੀ ਦਲ ਸੀ ਬਥੇਰੇ ਪ੍ਰਧਾਨ ਰਹੇ ਆ ਜਦੋਂ ਬਾਦਲ ਐਂਡ ਕੰਪਨੀ ਬਣ ਗਈ ਉਦੋਂ ਬਣੀ ਨਹੀਂ ਸਕਦਾ ਪ੍ਰਧਾਨ ਕੋਈ ਹਾਂਜੀ ਔਰ ਦੂਜੀ ਗੱਲ ਦੇਖੋ ਦਲਿਤ ਮੁੱਖ ਮੰਤਰੀ ਮਿਲਿਆ ਪੰਜਾਬ ਨੂੰ ਅੱਜ ਤੱਕ ਸਭ ਤੋਂ ਜ਼ਿਆਦਾ ਦਲਿਤ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਦਲਿਤ ਹੈ ਪੰਜਾਬ ਵਿੱਚ ਦੇਖੋ ਪਤਾ ਕੀ ਹੈ ਦੇਖੋ ਮੈਂ ਇੱਕ ਗੱਲ ਕਰਦਾ ਤੁਸੀਂ ਜਦੋਂ ਨਾ ਲਿਆਉਂਦੇ ਹੈਗੇ ਆ ਚਾਹੇ ਲੈਜਿਸਲੇਸ਼ਨ ਅਸੈਂਬਲੀ ਦੀ ਗੱਲ ਕਰਦੇ ਹਾਂ ਜਾਂ ਮੈਂਬਰ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉਸ ਨੂੰ ਉੱਪਰ ਅਪਲਿਫਟ ਕਰਨ ਵਾਸਤੇ ਸਾਨੂੰ ਕਾਬਲ ਬੰਦਿਆਂ ਦੀ ਲੋੜ ਹੈਗੀ ਹੈ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਜਾਣਾ ਤਾਂ ਦੇਸ਼ ਨੂੰ ਅੱਗੇ ਵਧਾਉਣ ਦੀ ਲੋੜ ਹੈ ਕੋਈ ਨਹੀਂ ਨਹੀਂ ਹੈਗੇ ਬਹੁਤ ਹੈਗੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਸਕੇ ਦਲਿਤ ਕੋਈ ਕਾਬਲ ਨਹੀਂ ਹੈਗਾ ਬਹੁਤ ਹੈਗੇ ਬਹੁਤ ਹੈਗੇ ਲਾਸਟ ਮਿੰਟ ਮੈਂ ਇੰਨੀ ਗੱਲ ਹੀ ਕਰਨੀ ਚਾਹੁੰਦਾ ਹਾਲਤ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਆ ਭਾਵੇਂ ਉਹ ਹਾਂ ਭਾਵੇਂ ਉਹ ਰੇਤ ਦਾ ਭਾਵੇਂ ਡਰੱਗ ਦਾ ਤੇ ਭਾਵੇਂ ਟਰਾਂਸਪੋਰਟ ਮਾਫੀਆ ਕਹਿ ਲਓ ਉਹਦੇ 'ਚ ਦੋਵੇਂ ਹੀ ਮੁੱਖ ਪਾਰਟੀਆਂ ਰੂਲਿੰਗ ਵੀ ਅਤੇ ਜਿਹੜੀ ਆਪਣਾ ਅਕਾਲੀ ਦਲ BJP ਦਾ ਉਹਨਾਂ ਦੀਆਂ ਸਾਂਝ ਭਿਆਲੀਆਂ ਹੈਗੀਆਂ ਇਹ ਜੱਗ ਜਾ ਰਿਹਾ ਕਿਸੇ ਤੋਂ ਆਪਾਂ ਲੁਕੋ ਨਹੀਂ ਸਕਦੇ ਇਸੇ ਕਰਕੇ ਕੋਈ ਐਕਸ਼ਨ ਵੀ ਤਗੜੇ ਨਹੀਂ ਹੋ ਰਹੇ ਦੂਜੀ ਗੱਲ ਜਿਹੜੀ ਆ ਜਿਹੜੀ ਇੱਥੇ ਪ੍ਰਧਾਨ ਮੰਤਰੀ ਜਾਂ ਚੀਫ ਮਿਨਿਸਟਰ ਉਹ ਤਾਂ ਕਦੀ ਨਹੀਂ ਬਣ ਗਏ ਸਭ ਤੋਂ ਜਿਹੜੀ ਹੋਰ ਸੰਕਟ ਵਾਲੀ ਹੋਰ ਜਿਹੜੀ ਸਭ ਤੋਂ ਹੋਰ ਬਹੁਤ ਹੀ ਸੰਕਟ ਵਾਲੀ ਗੱਲ ਸਾਰੀਆਂ ਪਾਰਟੀਆਂ 'ਚ ਮੈਨੂੰ ਜਿਹੜੀ ਨਜ਼ਰ ਆ ਰਹੀ ਆ ਮੁੱਖ ਪਾਰਟੀਆਂ ਮੁੱਖ ਧਾਰਾ ਦੀਆਂ ਪਾਰਟੀਆਂ 'ਚ ਸਿਆਣਾ ਬੰਦਾ ਮਿਹਨਤੀ ਬੰਦਾ ਕੰਪੀਟੈਂਟ ਕਾਬਲ ਬੰਦਾ ਪੜ੍ਹਿਆ ਲਿਖਿਆ ਬੰਦਾ ਔਰ ਜਿਹੜਾ ਸਵਾਲ ਕਰਦਾ ਬੰਦਾ ਖਾਸ ਕਰਕੇ ਜੇ ਕੋਈ ਸਵਾਲ ਕਰਦਾ ਬੰਦਾ ਉਹਨਾਂ ਨੂੰ ਦਰਵਾਜ਼ਾ ਬਾਹਰ ਦਿਖਾਇਆ ਜਾਂਦਾ ਚਾਪਲੂਸ ਜਿਹੜੇ ਮੀਡੀਓਕਰ ਔਰ ਜਿਨ੍ਹਾਂ ਕੋਲ ਪੈਸੇ ਦੀਆਂ ਥੈਲੀਆਂ ਉਸ ਕਿਸਮ ਦੇ ਬੰਦੇ ਜਿਹੜੇ ਪਾਰਟੀਆਂ 'ਚ ਅੱਗੇ ਆ ਰਹੇ ਆ ਇਹ ਦੇਸ਼ ਦੇ ਭਵਿੱਖ ਲਈ ਬੜੀ ਖਤਰੇ ਦੀ ਤਰੁਣ ਸਿੰਘ ਰਾਹੁਲ ਗਾਂਧੀ ਨੂੰ ਚਿੱਠੀ ਲਿਖਣਗੇ ਉਹਦਾ ਹਾਸਲ ਕੀ ਹੈ ਦੇਖੋ ਰਾਹੁਲ ਗਾਂਧੀ ਨੂੰ ਪਹਿਲਾਂ ਵੀ ਉਹਨਾਂ ਨੇ ਚਿੱਠੀ ਲਿਖੀ ਸੀ ਉਹ ਚਿੱਠੀ ਲਿਖ ਕੇ ਕਹਿੰਦੇ ਮੈਂ ਆਪਣਾ ਦੁੱਖ ਦੱਸੂੰਗਾ ਜੋ ਉਹਨਾਂ ਨੇ ਐਲੀਗੇਸ਼ਨ ਲਾਏ ਆ ਵੀ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਹੈ ਜਾਂ ਸਰਕਾਰ ਹੈ ਇਹਦੇ 'ਚ ਜੁਗਾੜੂ ਲੋਕ ਨੇ ਇਹ 'ਚ ਟਨਾਟ ਲੋਕ ਨੇ ਇਹ 'ਚ ਅਮੀਰ ਲੋਕ ਨੇ ਔਰ ਇਹਦੇ 'ਚ ਉਹੀ ਵੱਡੇ ਵਪਾਰੀ ਨੇ ਜਿਹਦੇ ਕਰਕੇ ਜਿਹੜਾ ਦਲਿਤ ਭਾਈਚਾਰਾ ਜਿਹੜੇ ਆਮ ਜਿਹੜੇ ਵਰਕਰ ਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਚਲੋ ਬਹੁਤ ਧੰਨਵਾਦ ਮੇਰੇ ਕੋਲ ਵਕਤ ਨਹੀਂ ਹੈ ਧਾਰਨੀ ਸਮੇਂ ਕੋਲ ਵਕਤ ਨਹੀਂ ਹੈ ਬਹੁਤ ਧੰਨਵਾਦ ਤੁਹਾਡਾ ਕੇਂਦਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਮਨਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਤਲੋਚਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਕੈਪਟਨ ਦੁੱਲੋ ਦੀ ਪੁਰਾਣੀ ਲੜਾਈ 'ਤੇ ਲਾਲ ਵਾਲੀ ਚਾਲ ਕੀ ਹੈਗੀ ਹੈ ਬਹੁਤ ਸਾਰੇ ਸਵਾਲ ਇਹ ਪੁੱਛਣੇ ਲਾਜ਼ਮੀ ਸੀ ਕਿ ਇਹ ਸਵਾਲ ਦੇ ਵਿਚਾਲੇ ਦਲਿਤ ਸਿਆਸਤ ਦਾ ਮੁੱਦਾ ਜਿਹੜਾ ਉੱਪਰ ਉੱਠ ਕੇ ਆਇਆ ਪਰ ਦੁੱਲੋ ਸਾਹਿਬ ਤੋਂ ਇਹ ਸਵਾਲ ਹੋਣਗੇ ਉਹਨਾਂ ਨੇ ਦਲਿਤਾਂ ਨੇ ਕੀ ਕੀਤਾ ਪਰ ਦੁੱਲੋ ਸਾਹਿਬ ਤੋਂ ਇਹ ਸਵਾਲ ਵੀ ਹੋਣਗੇ ਜਿਹੜੇ ਉਹ ਕਹਿੰਦੇ ਆ ਕਿ 90% ਕਾਂਗਰਸੀ ਘਰੇ ਬਿਠਾ ਦਿੱਤੇ ਹੈਗੇ ਦੁੱਲੋ ਸਾਹਿਬ ਤਾਂ ਫਿਲਹਾਲ ਰਾਜ ਸਭਾ ਮੈਂਬਰ ਹੈਗੇ ਦੁੱਲੋ ਸਾਹਿਬ ਨੂੰ ਘਰੇ ਕਿਉਂ ਨਹੀਂ ਬਿਠਾਇਆ ਕਾਂਗਰਸ ਨੇ ਬੜਾ ਮਾਨ ਸਨਮਾਨ ਦਿੱਤਾ ਹੈਗਾ ਦੁੱਲੋ ਸਾਹਿਬ ਤੋਂ ਬੜੇ ਸਾਰੇ ਸਵਾਲ ਹੋਣਗੇ ਲਾਲ ਸਿੰਘ ਤੋਂ ਵੀ ਸਵਾਲ ਬਣਦੇ ਹੈਗੇ ਲਾਲ ਸਿੰਘ ਦੇ ਕੋਲ ਚੇਅਰਮੈਨ ਨਹੀਂ ਹੈਗੀ ਹੈ ਪਰ ਉਸ ਚੇਅਰਮੈਨ ਦੇ ਪਿੱਛੇ ਜਿਹੜੇ ਬਿਆਨ ਆ ਉਹ ਲਾਲ ਸਿੰਘ ਦੇ ਸੀ ਜਾਂ ਲਾਲ ਸਿੰਘ ਤੋਂ ਦਵਾਏ ਗਏ ਹੈਗੇ ਆ ਇਹ ਸ਼ਮਸ਼ੇਰ ਸਿੰਘ ਦੁੱਲੋ ਸਵਾਲ ਪੁੱਛਦੇ ਪਏ ਹੈਗੇ ਪਰ ਇਸ ਸਭ ਤੇ ਵਿਚਾਲੇ ਸਵਾਲ ਦਲਿਤ ਸਿਆਸਤ ਦਾ ਦਲਿਤ ਸਿਆਸਤ ਆ ਜਿਹੜੀ ਉਹ ਪੰਜਾਬ ਦੇ ਵਿੱਚ ਬਹੁਤ ਵੱਡੀ ਹੈਗੀ ਹੈ ਪਰ ਇਹ ਦਲਿਤ ਸਿਆਸਤ ਮਿਸ਼ਨ 2019 ਦੇ ਵਿੱਚ ਮੁੱਦਾ ਬਣਦੀ ਹੈ ਜਾਂ ਨਹੀਂ ਬਣਦੀ ਇੱਥੇ ਆ ਕੇ ਸਵਾਲ ਰੁਕਦਾ ਜਦੋਂ ਇਹ ਸਵਾਲ ਦਾ ਜਵਾਬ ਹੋਰ ਵੱਡਾ ਹੋ ਜਾਵੇਗਾ ਹੋਰ ਚਰਚਾਵਾਂ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਦਲਿਤ ਸਿਆਸਤ ਹੈ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈਗਾ ਜਿਹਨੂੰ ਸ਼ਾਇਦ TV ਸਟੂਡੀਓ ਦੀ ਡਿਬੇਟ ਵਿੱਚੋਂ ਆਊਟ ਰੱਖਿਆ ਜਾਂਦਾ ਹੈ ਬਹੁਤ ਧੰਨਵਾਦ